ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਾ ਦਾ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜੋ ਕੁਝ ਵੀ 24 ਘੰਟੇ ਵਿੱਚ ਵਾਪਰਿਆ ਹੁੰਦਾ ਹੈ ਤੁਹਾਡੇ ਸਾਹਮਣੇ ਰੱਖੀਏ ਤੇ ਰਾਜਨੀਤੀ ਹੈ ਰਾਜਨੀਤੀ ਵਿੱਚ ਬਹੁਤ ਕੁਝ ਵਾਪਰਦਾ ਰਹਿੰਦਾ ਹੈ 2024 ਦੀਆਂ ਜਿਸ ਹਿਸਾਬ ਨਾਲ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਸਿਆਸੀ ਸਮੀਕਰਨ ਬਹੁਤ ਕੁਝ ਬਿਆਨ ਕਰਦੇ ਆ ਤੇ ਬਹੁਤ ਕੁਝ ਬਦਲ ਗਿਆ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੇ ਤਾਂ ਹੈਰਾਨ ਕੀਤਾ ਉਸ ਤੋਂ ਬਾਅਦ ਚੁਣੇ ਹੋਏ ਮੁੱਖ ਮੰਤਰੀਆਂ ਨੇ ਜਿਸ ਹਿਸਾਬ ਦੇ ਨਾਲ ਤੇਜ਼ੀ ਨਾਲ ਸਰਗਰਮੀਆਂ ਦਿਖਾਉਣੀਆਂ ਸ਼ੁਰੂ ਕੀਤੀਆਂ ਨੇ ਤੇ ਭਾਜਪਾ ਪਾਰਟੀ ਦੀ ਚੋਣ ਨੇ ਸਭ ਤੋਂ ਵੱਧ ਹੈਰਾਨ ਕੀਤਾ ਹੈਰਾਨਗੀ ਤਾਂ ਉਦੋਂ ਵੀ ਹੁੰਦੀ ਹੈ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਨੌਜਵਾਨ ਦੋ ਪਹੁੰਚ ਜਾਂਦੇ ਨੇ ਛਾਲਾ ਮਾਰਦੇ ਨੇ ਛਲੰਗਾ ਮਾਰਦੇ ਨੇ ਤੇ ਉੱਥੇ ਇੱਕ ਰੰਗ ਜਿਹਾ ਸੁੱਟਿਆ ਜਾਂਦਾ ਹੈ ਹੈਰਾਨੀ ਉਸ ਵੇਲੇ ਵੀ ਹੁੰਦੀ ਹੈ ਜਦੋਂ ਭਾਰਤ ਦੇ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਪੱਤਰ ਲਿਖਿਆ ਜਾਂਦਾ ਇੱਕ ਮਹਿਲਾ ਜੱਜ ਦੇ ਵੱਲੋਂ ਕਿ ਉਹਨੂੰ ਇੱਛਾ ਮਰਿੱਤੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਇਨਸਾਫ ਦੇਣ ਵਾਲੀ ਜੱਜ ਜੇਕਰ ਅੱਜ ਖੁਦ ਇਨਸਾਫ ਲਈ ਭਟਕ ਰਹੀ ਹੈ ਤਾਂ ਕਿਉਂ ਨਾ ਕਹੀਏ ਕਿ ਹਾਲਾਤ ਵੀ ਬਦਲਦੇ ਪਏ ਹੈ ਕਿਉਂ ਨਾ ਕਹੀਏ ਕਿ ਸਿਆਸੀ ਤੌਰ ਤੇ ਜੇਕਰ ਰਾਜਨੀਤੀ ਰੰਗ ਬਦਲਦੀ ਹੈ ਤਾਂ ਇੱਥੇ ਵੀ ਇਨਸਾਨੀ ਤੌਰ ਤੇ ਬਹੁਤ ਕੁਝ ਬਦਲਦਾ ਪਿਆ ਹੈ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਵੀ ਕਰਨੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਜਿਸੇ ਹਿਸਾਬ ਦੇ ਨਾਲ ਮੋੜ ਖੜੇ ਹੋਣਾ ਚਾਹੁੰਦਾ ਹੈ ਉਹ ਲੱਗਦਾ ਪਿਆ ਕਿ ਕਿਤੇ ਨਾ ਕਿਤੇ ਦੂਰ ਦੀ ਸੋਚ ਲੈ ਕੇ ਚੱਲਣ ਲੱਗੇ ਆ ਸਿਆਸੀ ਪਾਰਟੀ ਕਦੀ ਵੀ ਕੋਈ ਖਤਮ ਨਹੀਂ ਹੁੰਦੀ ਗ੍ਰਾਫ ਜ਼ਰੂਰ ਥੱਲੇ ਵੱਲ ਆਉਂਦਾ ਪਰ ਫਿਰ ਤੋਂ ਸਿਆਸੀ ਪਾਰਟੀ ਉੱਪਰ ਉੱਠਣਾ ਜੇਕਰ ਜਾਣਦੀ ਹੋਵੇ ਜੇਕਰ ਲੀਡਰ ਕਾਬਲ ਹੋਣ ਪਾਰਟੀ ਨੂੰ ਬਿਲਕੁਲ ਬੈਲੈਂਸ ਰੱਖ ਕੇ ਨਾਲ ਲੈ ਕੇ ਸਾਰੇ ਲੀਡਰਾਂ ਨੂੰ ਨਾਲ ਚੁੱਕੀ ਜਾਣ ਤਾਂ ਪਾਰਟੀ ਉੱਪਰ ਆਉਣ ਚ ਦਿਨ ਨਹੀਂ ਲੱਗਦੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਵੈਸੇ ਤਾਂ 10000 ਤੋਂ ਵੱਧ ਰਾਜਨੀਤਿਕ ਪਾਰਟੀਆਂ ਹੋ ਸਕਦੀਆਂ ਨੇ ਪਰ ਫਿਰ ਵੀ ਜਿਹੜੀਆਂ ਰਜਿਸਟਰਡ ਨੇ ਜੇਕਰ ਉਹ ਅੱਗੇ ਵੱਲ ਵਧ ਰਹੀਆਂ ਨੇ ਤਾਂ ਉਹ ਇਸੇ ਕਰਕੇ ਉਹਨਾਂ ਦਾ ਸਿਆਸੀ ਏਕਾ ਹੈਗਾ ਕੀ ਉਹ ਸਿਆਸੀ ਏਕਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਰ ਹੈ ਇਹ ਵੀ ਬਹੁਤ ਧਿਆਨ ਮੰਗਦੀ ਹੈ ਗੱਲ ਗੱਲਾਂ ਹੋਰ ਵੀ ਬਹੁਤ ਸਾਰੀਆਂ ਨੇ ਪਰ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕੀਤਾ ਤਾਂ ਸ਼ੁਰੂਆਤ ਇੱਥੋਂ ਹੀ ਕਰਦੇ ਆ ਕਿਉਂਕਿ ਇਸ ਵੇਲੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਜੇ ਦੂਰ ਆ ਪਰ ਫਿਰ ਵੀ ਪਾਰਟੀ ਨੂੰ ਪੈਰ ਹੋਣੇ ਪਸਾਰਨੇ ਪੈਣੇ ਆ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਅੱਜ ਕਹਿ ਤਾਂ ਕੱਲ ਕਰਨਾ ਪੈਣਾ ਸੀ ਕੱਲ ਨਹੀਂ ਤਾਂ ਪਰਸੋਂ ਕਰਨਾ ਪੈਣਾ ਸੀ ਵੈਸੇ ਵੀ ਸ਼ਰੂਮ ਨਹੀਂ ਅਕਾਲੀ ਦਲ ਬਾਕੀ ਰਾਜਨੀਤਿਕ ਪਾਰਟੀਆਂ ਤੋਂ ਥੋੜਾ ਜਹਾ ਮੂਰੇ ਚੱਲਦੀ ਹੈ ਗੱਡੀ ਦੀ ਸਪੀਡ ਥੋੜੀ ਤੇਜ਼ ਰੱਖੀ ਹੁੰਦੀ ਹੈ ਐਕਸਲੇਟਰ ਤੇ ਕਦੀ ਕਦੀ ਪੈਰ ਰੱਖਣਾ ਭੁੱਲ ਵੀ ਜਾਂਦੇ ਐ ਇਸ ਕਰਕੇ ਸਪੀਡ ਬ੍ਰੇਕਰਾਂ ਦੀ ਪ੍ਰਵਾਹ ਵੀ ਨਹੀਂ ਕੀਤੀ ਜਾਂਦੀ ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਹੁਣ ਕਿ ਉਸ ਗੱਡੀ ਦੇ ਵਿੱਚ ਸਾਰੇ ਸਿਆਸਤਦਾਨਾਂ ਨੂੰ ਨਾਲ ਬਿਠਾ ਕੇ ਰੱਖਣ ਤਾਂ ਕਿ ਜਿਹੜੇ ਰੁੱਸੇ ਆ ਉਹ ਚਿਹਰੇ ਜਿਹੜੇ ਕਦੀ ਖਮੋਸ਼ ਹੋਏ ਸੀ ਸਿਰਫ ਇਸ ਕਰਕੇ ਕਿ ਪ੍ਰਧਾਨ ਸਾਹਿਬ ਦੀਆਂ ਗੱਲਾਂ ਸਾਨੂੰ ਠੀਕ ਨਹੀਂ ਲੱਗਦੀਆਂ ਅੱਜ ਉਸ ਚਿਹਰੇ ਜਿਹੜੇ ਸਾਰੇ ਚਿਹਰੇ ਨੇ ਉਹਨਾਂ ਨੂੰ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਰਾ ਨੇ ਜਦੋਂ ਹੁਣ ਮੁਆਫੀ ਮੰਗੀ ਹੈ ਕੱਲ ਉਸ ਮਾਫੀ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਸਿਆਸਤਦਾਨਾਂ ਦੇ ਵੱਖਰੇ-ਵੱਖਰੇ ਸੰਕੇਤ ਸਾਹਮਣੇ ਆ ਰਹੇ ਨੇ ਜਦੋਂ ਸਿਆਸੀ ਏਕੇ ਦੀ ਗੱਲ ਕਰਦੇ ਆ ਤਾਂ ਫਿਰ ਬਹੁਤ ਸਾਰੇ ਸਿਆਸਤਦਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਚੱਲ ਗਏ ਹੋ ਸਕਦਾ ਵਾਪਸ ਆਜਣ ਇਹ ਵੀ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਨਾ ਹੋਣ ਪਰ ਆਪਣੀ ਜਿਹੜੀ ਰਾਜਨੀਤਿਕ ਪਾਰਟੀ ਉਹਨਾਂ ਨੇ ਬਣਾਈ ਆ ਉਹ ਨਾਲ ਕਹਿਣਗੇ ਕਿ ਅਸੀਂ ਤੁਹਾਡੇ ਖੜੇ ਆ ਕੁਝ ਵੀ ਹਾਲਾਤ ਹੋ ਸਕਦੇ ਆ ਰਾਜਨੀਤੀ ਦਾ ਕੀ ਹੈ ਸਿਆਸੀ ਛੜੱਪੇ ਵੱਜਦੇ ਰਹਿੰਦੇ ਆ ਲੀਡਰ ਲੀ ਤੋਂ ਭਟਕਦੇ ਰਹਿੰਦੇ ਆ ਅੱਜ ਇਸ ਪਾਰਟੀ ਵਿੱਚ ਕੱਲ ਉਸ ਪਾਰਟੀ ਵਿੱਚ ਹੁਣ ਦੇਸ਼ ਰਾਜ ਧੂਗਾ ਵੀ ਤਾਂ ਛੱਡ ਹੀ ਗਏ ਸੀ ਕਿਸੇ ਵੇਲੇ ਫਿਰ ਵਾਪਸ ਆ ਗਏ ਘੁੰਮਣਸਾਪ ਵੀ ਨਾਲ ਹੀ ਸੀਗੇ ਚਲੋ ਸਿਆਸਤਦਾਨ ਨੇ ਭਾਰਤ ਦੇ ਵਿੱਚ ਤਾਂ ਕੌਮੀ ਪਾਰਟੀਆਂ ਜਿੱਦਾਂ ਦਾ ਹੋ ਜਾਂਦਾ ਖੇਤਰੀ ਪਾਰਟੀਆਂ ਵਿੱਚ ਹੋ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਪਰ ਸਾਰੀ ਪਾਰਟੀਆਂ ਦਾ ਏਕਾ ਕਿੰਨਾ ਚ ਰਹਿਦਾ ਇਹ ਮੁੱਖ ਤੌਰ ਤੇ ਗੱਲ ਦੇਖਣ ਵਾਲੀ ਹੈ ਜਦੋਂ ਸੁਖਵੀਰ ਸਿੰਘ ਬਾਦਲ ਹੁਰਾਂ ਦਾ ਜ਼ਿਕਰ ਕਰਦੇ ਪਏ ਆ ਤਾਂ ਸੁਖਵੀਰ ਸਿੰਘ ਬਾਦਲ ਨੇ ਭਾਵੇਂ ਮਾਫੀ ਮੰਗ ਲਈ ਹੈ ਭਾਵੇਂ ਇੱਕ ਪਾਸੇ ਚਰਚਾ ਚੱਲ ਪਈ ਹੈ ਕਿ ਗੁਨਾਹਾਂ ਦੀ ਕਾਦੀ ਮਾਫੀ ਗਲਤੀਆਂ ਦੀ ਹੁੰਦੀ ਹੈ ਤੁਸੀਂ ਤਾਂ ਬਹੁਤ ਵੱਡੇ ਵੱਡੇ ਗੁਨਾਹ ਕੀਤੇ ਆ ਪਰ ਭਰੀ ਸਭਾ ਦੇ ਵਿੱਚ ਸਾਰੇ ਲੋਕਾਂ ਦੇ ਸਾਹਮਣੇ ਇਸ ਗੱਲ ਨੂੰ ਸਵੀਕਾਰਨਾ ਵੀ ਕੋਈ ਆਮ ਗੱਲ ਨਹੀਂ ਹੁੰਦੀ ਕੋਈ ਸਿਆਸਤਦਾਨ ਵਿਰਲਾਵਾਂਜੇ ਇਸ ਤਰ੍ਹਾਂ ਕਰ ਸਕਦਾ ਸੁਖਵੀਰ ਸਿੰਘ ਬਾਦਲ ਨੂੰ ਹੁਣ ਮਹਿਸੂਸ ਹੋਇਆ ਹੋ ਸਕਦਾ ਕਿ ਪਾਰਟੀ ਦੇ ਉੱਪਰ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਹੋਵੇ ਹੋ ਸਕਦਾ ਪਾਰਟੀ ਦੇ ਨਾਲ ਜਿਹੜੇ ਜੁੜੇ ਹੋਏ ਇਹਨਾਂ ਦੇ ਸਿਆਸਤਦਾਨ ਸੀ ਉਹਨਾਂ ਨੇ ਦਰਵਾਜ਼ੇ ਦੇ ਪਿਛਲੇ ਪਾਸੇੋਂ ਦੀ ਕਹਿਤ ਤਾਂ ਹੋਵੇ ਕਿ ਬਾਦਲ ਸਾਹਿਬ ਕੁਛ ਤਾਂ ਦੇਖਣਾ ਪੈਣਾ ਹੁਣ ਕਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦੁਨੀਆ ਤੇ ਜਿਹੜੇ ਕਦੀ ਕਦੀ ਮੌਕਾ ਸਾਂਭ ਲੈਂਦੇ ਸੀ ਹੁਣ ਤਾਂ ਮੌਕਾ ਤੁਹਾਨੂੰ ਹੀ ਸਾਂਭਣਾ ਪੈਣਾ ਕਿਉਂਕਿ ਯਾਦ ਹੈ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸੀਨੀਅਰ ਲੀਡਰ ਜਿਨ੍ਹਾਂ ਨੇ ਆਪਣੀਆਂ ਮੁਲਾਕਾਤਾਂ ਦੇ ਦੌਰਾਨ ਵੀ ਇਹ ਗੱਲ ਕਹੀ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਸਮਝਣਾ ਪੈਣਾ ਕੈਮਰੇ ਮੋਰੇ ਤਾਂ ਕੁਛ ਗੱਲਾਂ ਉਹਨੇ ਕਰ ਦਿੱਤੀਆਂ ਪਰ ਕੁਛਕ ਗੱਲਾਂ ਉਹਨਾਂ ਨੇ ਬਾਅਦ ਦੇ ਵਿੱਚ ਵੀ ਚਾਰ ਪੰਜ ਸੱਜਣਾ ਨਾਲ ਖੜਿਆ ਨਾ ਕੀਤੀਆਂ ਸੀ ਤੇ ਕਹਿੰਦੇ ਸੀਗੇ ਕਿ ਬਾਦਲ ਸਾਹਿਬ ਨੂੰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ ਜੇ ਕਰਗੇ ਤਾਂ ਠੀਕ ਹੈ ਨਹੀਂ ਤਾਂ ਚੱਲੀ ਤਾਂ ਜਾਂਦਾ ਹੀ ਇਹ ਕੰਮ ਹੁਣ ਚਲੋ ਚੱਲੀ ਜਾਂਦਾ ਕੰਮ ਚਲਾਉਣਾ ਪੈਣਾ ੱਤਕਾ ਲਾਉਣਾ ਪੈਣਾ ਇਹ ਸਾਰਿਆਂ ਨੂੰ ਮਿਲ ਕੇ ਲਾਉਣਾ ਪੈਣਾ ਤਾਂ ਹੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਉੱਪਰ ਉੱਠ ਸਕਦੀ ਹੈ ਅਸੀਂ ਵੇਰ ਕਹਿੰਦੇ ਆ ਕਿ ਕਦੀ ਵੀ ਰਾਜਨੀਤਿਕ ਪਾਰਟੀ ਕੋਈ ਵੀ ਖਤਮ ਨਹੀਂ ਹੁੰਦੀ ਗਰਾਫ ਉਹਦਾ ਹੇਠਾਂ ਵੱਲ ਜ਼ਰੂਰ ਆ ਸਕਦਾ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਚੱਲਦੀ ਆ ਤਾਂ ਬਹੁਤ ਸਾਰੇ ਸਿਆਸਤਦਾਨ ਜਿਹੜੇ ਵਿਰੋਧੀ ਐ ਹੁਣ ਉਹਨਾਂ ਨੇ ਇਹੇ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਨੇ ਗੁਨਾਹਾਂ ਦੀ ਕਾਦੀ ਮਾਫੀ ਹੈ ਜੀ ਪਰ ਫਿਰ ਵੀ ਇੱਕ ਚਰਚਾ ਦੱਬੀ-ਦੱਬੀ ਆਵਾਜ਼ ਵਿੱਚ ਐ ਕਿ ਜੇਕਰ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਅੱਗੇ ਵੱਲ ਹੋਰ ਵਾਧੇ ਅਸੀਂ ਉਧਰ ਵੀ ਗੱਲ ਕਰਦੇ ਆਂ ਪਰ ਜਦੋਂ ਸੰਤ ਬਲਜੀਤ ਸਿੰਘ ਦਾਦੂਆਲ ਹੋਰਾਂ ਦਾ ਜ਼ਿਕਰ ਕਰਦੇ ਆਂ ਗੱਲ ਵੀ ਦਾਦੂਆਲ ਸਾਹਿਬ ਨੇ ਗੱਲਾਂ-ਗੱਲਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਹੋ ਸਕਦਾ ਕਿ ਵਿਚਾਰਾਂ ਕੀਤੀਆਂ ਜਾਣ ਇਹ ਵੀ ਹੋ ਸਕਦਾ ਕਿ ਪੰਥਕ ਇਕਤਾ ਦੀ ਜਦੋਂ ਗੱਲ ਚਲਦੀ ਪਈ ਹੈ ਤਾਂ ਸਾਰੇ ਸਿਆਸਤਦਾਨ ਇਕੱਠੇ ਹੋ ਕੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਕਿਉਂ ਨਾ ਹੋਵੇ ਸੰਯੁਕਤ ਅਕਾਲੀ ਦਲ ਕਿਉਂ ਨਾ ਅਗੇ ਕੇ ਤੋੜਿਆ ਜਾ ਸਕਦਾ ਸੀ ਸੰਤ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਇੱਥੇ ਗੱਲ ਕਰਦੇ ਆ ਜੇਕਰ ਸੰਪਰਕ ਹੁੰਦਾ ਤੇ ਦਾਦੂਵਾਲ ਸਾਹਿਬ ਨੂੰ ਪੁੱਛਣ ਦਾ ਯਤਨ ਕਰਦੇ ਆ ਕਿ ਕੀ ਆਉਣ ਵਾਲੇ ਸਮੇਂ 'ਚ ਇਹ ਇਕਤਾ ਹੋ ਸਕਦੀ ਹੈ ਦਾਦੂਵਾਲ ਸਾਹਿਬ ਨਾਲ ਨੇ ਦਾਦੂਵਾਲ ਸਾਹਿਬ ਬਹੁਤ ਬਹੁ ਸਵਾਗਤ ਹੈ ਜੀ ਪ੍ਰਾਈਮੇਸ਼ਾ ਟੀਵੀ ਤੇ ਧੰਨਵਾਦ ਜੀ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਜੀ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਫਤਿਹ ਜੀ ਦਾਦੂਵਾਲ ਸਾਹਿਬ ਜਿਸ ਹਿਸਾਬ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾ ਨੇ ਮਾਫੀ ਮੰਗੀ ਹੈ ਇੱਕ ਪਾਸੇ ਚਰਚਾ ਚੱਲਦੀ ਹੈ ਕਿ ਇਹ ਦੇਰ ਬਹੁਤ ਕਰ ਦਿੱਤੀ ਦੂਸਰੇ ਪੱਖ ਇਹ ਵੀ ਗੱਲ ਕਹੀ ਜਾ ਰਹੀ ਹੈ ਚਲੋ ਦੇਰ ਹੋਈ ਪਰ ਮਾਫੀ ਤਾਂ ਮੰਗ ਲਈ ਪਹਿਲਾਂ ਤੁਸੀਂ ਦੱਸਿਓ ਉਹਨਾਂ ਦੇ ਇਸ ਮਾਫੀ ਨੂੰ ਕਿਵੇਂ ਦੇਖਦੇ ਆਂ ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਕੋਈ ਬੰਦਾ ਅਦਾਲਤ ਦੇ ਬਾਹਰ ਖੜਾ ਹੋ ਕੇ ਤੇ ਉਹ ਕਹੇ ਕਿ ਮੈਂ ਕਤਲ ਕੀਤਾ ਸੀਗਾ ਹੂੰ ਆ ਮੈਂ ਉਸ ਕਤਲ ਦੀ ਹੁਣ ਮਵਾਦੀ ਮੰਗਦਾ ਤੇ ਹੁਣ ਮੈਂ ਬਰੀ ਹਾਂ ਤੇ ਹੁਣ ਮੇਰਾ ਸਾਥ ਦਿਓ ਜੀ ਅਦਾਲਤ ਦੇ ਬਾਹਰ ਖੜਾ ਹੋ ਕੇ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਤਾਂ ਦੱਸੋ ਉਹਨੂੰ ਪ੍ਰਵਾਨ ਕੀਤਾ ਜਾ ਸਕਦਾ ਹੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਖੜੇ ਹੋ ਕੇ ਆਪਣੇ ਆਪ ਕਹਿ ਦੇਣਾ ਕਿ ਸਸੀਂ ਬਹੁਤ ਗਲਤੀਆਂ ਕੀਤੀਆਂ ਸਾਡੀ ਸਰਕਾਰ ਵੇਲੇ ਬੜੀਆਂ ਗਲਤੀਆਂਆਂ ਨੇ ਪਰ ਅਸੀਂ ਮੁਆਫੀ ਮੰਗਦੇ ਹਾਂ ਤੇ ਹੁਣ ਸਾਡਾ ਸਾਥ ਤੇ ਉਹਦੇ ਅਸੀਂ ਸਰਕਾਰ ਬਣਾ ਕੇ ਤੇ ਅਸਲੀ ਦੋਸ਼ੀਆਂ ਨੂੰ ਸਜ਼ਾ ਦੇਾਂਗੇ ਜੀ ਸਾਨੂੰ ਪਹਿਲਾ ਸਮਾਂ ਨਹੀਂ ਮਿਲਿਆ ਸਮਾਂ ਤੁਸੀਂ ਦੇਖ ਲਓ ਵੀ ਪੌਣੇ 2 ਸਾਲ ਦੇ ਕਰੀਬ ਸਮਾਂ ਰਿਹਾ ਉਹਨਾਂ ਕੋਲੇ ਬੇਦਬੀਆਂ ਹੋਈਆਂ 15 ਦੇ ਵਿੱਚ ਅੰਤਰਾਂ ਦੇ ਵਿੱਚ ਬੇਦਬੀ ਹੋਈ 16 ਦਾ ਪੂਰਾ ਸਾਲ ਉਹਨਾਂ ਦੇ ਕੋਲ ਸੀਗਾ 15 ਦਾ ਸਾਲ ਵੀ ਕਿੰਨਾ ਉਹਨਾਂ ਕੋਲ ਸੀਗਾ ਫਿਰ ਜਿਹੜਾ ਸੀਗਾ 17 ਦੇ ਵਿੱਚ ਵੀ ਇੱਕ ਦੋ ਮਹੀਨੇ ਉਹਨਾਂ ਦੇ ਖੋਲ ਸੀਗੇ ਤੇ ਜੇ ਕੁੱਲ ਮਿਲਾ ਲਈਏ ਤਾਂ ਡੇਢ ਪੌਣੇ 2 ਸਾਲ ਦਾ ਸਮਾਂ ਬਣ ਜਾਂਦਾ ਜੀ ਤੇ ਜੇ ਡੇਢ ਪੌਣੇ 2 ਸਾਲ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਹੋਈ ਤੇ ਹੁਣ ਕਿਸ ਤਰ੍ਹਾਂ ਸਜ਼ਾ ਜਿਹੜੀ ਆ ਉਹ ਦੇ ਸਕਦੇ ਆ ਨਾਲੇ ਅਸਲ ਦੋਸ਼ੀ ਉਹ ਕਿੰਨਾ ਨੂੰ ਮੰਨਦੇ ਆ ਅਜੇ ਤੱਕ ਤਾਂ ਇਹ ਹੀ ਸਪਸ਼ਟ ਨਹੀਂ ਕਰ ਰਹੇ ਵੀ ਅਸਲ ਦੋਸ਼ੀ ਹੈ ਕੌਣ ਨੇ ਬਿਲਕੁਲ ਜੀ ਹੁਣ ਜਿਹੜੀ ਪੰਜਾਬ ਪੁਲਿਸ ਦੀ ਸੈਟ ਸੀ ਉਹਨਾਂ ਨੇ ਤਾਂ ਦੋਸ਼ੀ ਸਰਸੇ ਵਾਲਾ ਦਸਤਾ ਬਿਲਕੁਲ ਸਰਸੇ ਨਾਲ ਉਹ ਭਾਈ ਜਾਰਾ ਰੱਖਦੇ ਰਹੇ ਉਹਨੂੰ ਮਾਫੀਨਾਮਾ ਵੀ ਦਵਾਇਆ ਉਹਨਾਂ ਨੇ ਮਾਫੀ ਦਵਾਈ ਆ ਉਹਦੀ ਮਾਫੀ ਦੇ ਉੱਤੇ 90 95 ਲੱਖ ਰੁਪਈਆ ਕੋਲਕਾਤੇ ਵੀ ਖਰਚੇ ਆ ਕਿ ਜੇ ਪੰਥ ਨੂੰ ਨਹੀਂ ਸੀ ਮੰਨ ਰਿਹਾ ਤੇ ਕਹਿੰਦੇ ਭਾਈ ਮੰਨੋ ਜੀ ਜਥੇਦਾਰਾਂ ਨੂੰ ਵੀ ਕੋਠੀ ਸੱਦੇ ਆ ਇਹ ਸਾਰਾ ਕੋਈ ਪਰੰਪਰਾਵਾਂ ਦਾ ਵੀ ਕਾਣ ਕੀਤਾ ਇਹ ਸਾਰਾ ਕੁਝ ਜਿਹੜਾ ਹੈਗਾ ਉਹਨੂੰ ਇਸ ਨੂੰ ਪੰਥ ਮੰਵਾ ਉਹ ਇਹ ਤਾਂ ਹੁਣ ਪੰਥ ਤੇ ਪੰਜਾਬ ਤੇ ਡਿਪੈਂਡ ਕਰਦਾ ਵੀ ਉਹ ਇਸ ਨੂੰ ਮੰਨਦੇ ਆ ਜਾਂ ਨਹੀਂ ਮੰਨਦੇ ਕਿਉਂਕਿ ਇੱਕ ਮਾਫੀ ਹੁੰਦੀ ਆ ਇੱਕ ਗਲਤੀ ਹੁੰਦੀ ਐ ਇੱਕ ਗੁਨਾਹ ਹੁੰਦਾ ਜੀ ਗਲਤੀਆਂ ਦੀ ਮਾਫੀ ਹੁੰਦੀ ਐ ਜਾਣੇਣ ਜਾਣੇ ਆਪਾਂ ਰੋਜ਼ ਗੁਰੂ ਦੇ ਅੱਗੇ ਅਰਦਾਸ ਕਰਦੇ ਮਹਾਰਾਜ ਜਾਣੇਣ ਜਾਣੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਹਮ ਪਰ ਜਿਹੜੀਆਂ ਜਾਣ ਬੁੱਝ ਕੇ ਕੀਤੀਆਂ ਜਾਣੇਣ ਜਾਣੇ ਹੋਈ ਤਾਂ ਗਲਤੀ ਐ ਜਾਣ ਬੁੱਝ ਕੇ ਮਿਤ ਕੇ ਕੀਤਾ ਹੋਇਆ ਤਾਂ ਗੁਨਾਹ ਐ ਜੀ ਤੇ ਹੁਣ ਉਹ ਗੁਨਾਹਾਂ ਨੂੰ ਜਿਸ ਤਰ੍ਹਾਂ ਪੰਥ ਦੇਖਦਾ ਵਾ ਪੰਜਾਬ ਦੇਖਦਾ ਇਹ ਤਾਂ ਪੰਥ ਤੇ ਪੰਜਾਬ ਦੇ ਡਿਪੈਂਡ ਕਰਦਾ ਵੇ ਦਾਦੂਵਾਲ ਦੇ ਕੋਲ ਕੋਈ ਵੀ ਮਤਲਬ ਅਥਾਰਟੀ ਨਹੀਂ ਹੈ ਕਿ ਦਾਦੂਵਾਲ ਸਮਾਫੀ ਨੂੰ ਮਾਫੀ ਮੰਨ ਲੇ ਜੀ ਜੀ ਇਹ ਕੱਲ ਇੱਥੇ ਹੋਰ ਦੱਸਿਓ ਤੁਸੀਂ ਸ਼ਬਦ ਦਾ ਜ਼ਿਕਰ ਕੀਤਾ ਮਾਫੀ ਜਿਹੜਾ ਡੇਰਾ ਸਿਰਸਾ ਮੁਖੀ ਦੇ ਲਈ ਵਰਤਿਆ ਗਿਆ ਸੀ ਪਰ ਇੱਕ ਚਰਚਾ ਚੱਲੀ ਸੀ ਕਿ ਉਹ ਕੰਪਿਊਟਰ ਤੋਂ ਐਡਿਟ ਕੀਤਾ ਗਿਆ ਰੌਲਾ ਅੱਜ ਵੀ ਪੈਂਦਾ ਰਹਦਾ ਜੀ ਉਹ ਸਾਰੀ ਗੱਲਬਾਤ ਕਿਵੇਂ ਦੇਖਿਆ ਉਹਦੇ ਵਾਸਤੇ ਤਾਂ ਦੇਖੋ ਉਹੀ ਦੱਸ ਸਕਦਾ ਨਾ ਹੁਣ ਇਹ ਕਹਿੰਦੇ ਆ ਵੀ ਸਾਨੂੰ ਉਹ ਚਿੱਠੀ ਆਈ ਆ ਉਹ ਕਹਿੰਦਾ ਮੈਂ ਕੋਈ ਚਿੱਠੀ ਦਿੱਤੀ ਨਹੀਂ ਮੇਰੇ ਕੋਲ ਤਾਂ ਕੋਈ ਚਿੱਠੀ ਲੈ ਕੇ ਆਏ ਹੂੰ ਹੁਣ ਉਹਦੇ ਵੀ ਇਸ ਤਰ੍ਹਾਂ ਦੀ ਸਟੇਟਮੈਂਟ ਹੈਗੀ ਆ ਬਾਕੀ ਜੇ ਉਹ ਲੈ ਕੇ ਆਏ ਜਾਂ ਹੈ ਸੀ ਇਹਦਾ ਇਹ ਵੀ ਦੇਖਣਾ ਸੀ ਵੀ ਉਹਦਾ ਗੁਨਾਹ ਜਿਹੜਾ ਸੀ ਉਹ ਬਖਸ਼ਣ ਜੋ ਸੀ ਜਿਨੇ ਗੁਰੂ ਦਾ ਸਵਾਗ ਰੱਟਿਆ ਇਨਸਾਫ ਮੰਗਦੇ ਸਿੱਖ ਜਿਹੜੇ ਸੀ ਗੋਲੀਆਂ ਮਾਰ ਕੇ ਸ਼ਹੀਦ ਕਰਦੇ ਡੇਰਾ ਸਿਰਸਾ ਦੇ ਰੋਲੇ 'ਚ ਚਾਰ ਸਿੱਖ ਸ਼ਹੀਦ ਹੋਏ ਆ ਹੂੰ ਭਾਈ ਕਮਲਜੀਤ ਸਿੰਘ ਸਨਾਨ ਸ਼ਹੀਦ ਹੋਇਆ ਭਾਈ ਹਰਮੰਦਰ ਸਿੰਘ ਡੱਬ੍ਹ ਵਾਲੀ ਸ਼ਹੀਦ ਹੋਇਆ ਭਾਈ ਬਲਕਾਰ ਸਿੰਘ ਜਮਾ ਰਾਏ ਬੰਬੇ ਸ਼ਹੀਦ ਹੋਇਆ ਦੇਖੋ ਭਾਈ ਗੁਰਦੀਪ ਸਿੰਘ ਮਨਸੂਰ ਦੇਵਾ ਜਿਹੜਾ ਇਹਦੀ ਚਰਚਾ ਨੂੰ ਰੋਕਣ ਗਿਆ ਫਿਰੋਜ਼ਪੁਰ ਪੁਲਿਸ ਦੀਆਂ ਗੋਲੀਆਂ ਰਗੜਦੀਆਂ ਵੱਜੀਆਂ ਤੇ ਬਾਅਦ ਵਿੱਚ ਜ਼ਖਮੀ ਹੋ ਕੇ ਤੇ ਉਹਦੇ ਨਾਲ ਚੜਾਈ ਕੀਤਾ ਉਹ ਸ਼ਹੀਦ ਹੋਇਆ ਕਿੰਨੇ ਸਿੱਖ ਜੇਲਾਂ 'ਚ ਗਏ ਪਰੰਪਰਾਵਾਂ ਦਾ ਘਾਣ ਹੋਇਆ ਤਾਂ ਇਸੇ ਤਰੀਕੇ ਨਾਲ ਉਸ ਨੂੰ ਜਿਹੜਾ ਸੌਦਾ ਸਾਧ ਸੀ ਉਹਨੂੰ ਮਾਫੀ ਦਿੱਤੀ ਜਾ ਸਕਦੀ ਸੀ ਜਿਸ ਤਰ੍ਹਾਂ ਜਥੇਦਾਰ ਗੁਰਵਚਨ ਸਿੰਘ ਹੋਣਾ ਨੇ ਕਿਹਾ ਕਿ ਅਸੀਂ ਜਿਹੜਾ ਸੀਗਾ ਫਿਰ ਬਾਅਦ ਵਿੱਚ ਮਾਫੀ ਵੀ ਮੰਗੀ ਕੌਮ ਦੇ ਕੋਲ ਤੇ ਮਾਫੀ ਮੰਗਦੇ ਆ ਗਲਤੀ ਹੋਈ ਇਹਨੂੰ ਮਾਫੀ ਦੇਣੀ ਨਹੀਂ ਸੀ ਚਾਹੀਦੀ ਸੋ ਇਸ ਤਰੀਕੇ ਦੇ ਨਾਲ ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਇਹ ਤਾਂ ਹੁਣ ਪੰਥ ਦੇ ਪੰਜਾਬ ਨੇ ਇਸ ਗੱਲ ਦਾ ਜਿਹੜਾ ਹੈ ਜਾਂ ਸਿੱਖ ਚਿੰਤਕਾਂ ਨੇ ਸਭ ਨੇ ਇਸ ਗੱਲ ਦਾ ਜਿਹੜਾ ਹੈਗਾ ਉਹ ਮੈਂ ਸਮਝਦਾ ਕਿ ਆਪਰੇਟ ਕਰਨਾ ਵਾ ਚੀਰਫੜ ਕਰਨੀ ਆ ਵੀ ਇਹ ਗਲਤੀ ਆ ਕਿ ਗੁਨਾਹ ਆ ਤੇ ਮਾਫੀਯੋਗ ਹੈ ਆ ਕਿ ਨਹੀਂ ਆ ਚਲੋ ਮਾਫੀ ਤਾਂ ਇਸ ਤੋਂ ਪਹਿਲਾਂ ਵੀ ਇੱਕ ਵਾਰ ਮੰਗੀ ਸੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਤੇ ਨਹੀਂ ਰਹੇ ਉਦੋਂ ਵੀ ਮਾਫੀ ਮੰਗੀ ਸੀ ਪਰ ਦਾਦੂ ਵਾਲਾ ਸਾਹਿਬ ਹਰ ਵਾਰ ਮੰਗਣ ਦੀ ਕੀ ਲੋੜ ਹੈ ਮਤਲਬ ਉਹਨਾਂ ਨੂੰ ਵੀ ਖੁਦ ਨੂੰ ਤਸੱਲੀ ਨਹੀਂ ਨਾ ਹੋ ਰਹੀ ਉਹ ਦੇਖੋ ਪਹਿਲਾਂ ਵੀ ਵਰਤਨ ਸਾਫ਼ ਕਰਕੇ ਆਇਆ ਪਹਿਲਾਂ ਵੀ ਜੋੜੇ ਕੋਈ ਵੀ ਉੱਥੇ ਜਾ ਕੇ ਸਾਫ਼ ਕਰ ਸਕਦਾ ਹੈ ਵਰਤਨ ਕੋਈ ਵੀ ਸਾਫ਼ ਕਰ ਸਕਦਾ ਹੈ ਜਾ ਕੇ ਸੇਵਾ ਕਰਨੀ ਤਾਂ ਕੋਈ ਵੀ ਕਰ ਸਕਦਾ ਹੈ ਪਹਿਲਾਂ ਵੀ ਮਾਫੀ ਮੰਗੀ ਤੇ ਹੁਣ ਫੇਰ ਮਤਲਬ ਉਹਨਾਂ ਨੂੰ ਆਪ ਨੂੰ ਹੀ ਯਕੀਨ ਨਹੀਂ ਹੋ ਰਿਹਾ ਕਿ ਸਾਡੀ ਮਾਫੀ ਜਿਹੜੀ ਆ ਉਹਨੂੰ ਬਸ ਪਰਵਾਹ ਨਹੀਂ ਕਰ ਰਿਹਾ ਰਦੋਸਾ ਬਿੱਤੀ ਬਾਰ-ਬਾਰ ਕਰਦੇ ਆ ਹੁਣ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਹਣੀ ਜਿਹੜੇ ਸੀ ਅੰਦਰ ਬੜੇ ਮਿਊਸ਼ ਹੁੰਦੇ ਸੀ ਮੈਨੂੰ ਅੰਦਰ ਕਹਿੰਦੇ ਹੁਣ ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਦਾ ચીਫ ਮਿਨਿਸਟਰ ਹੋਵੇ ਜੀ ਪੰਥ ਰਜ਼ਨ ਫਖਰੇ ਕੌਮ ਦੇ ਅਵਾਰਡ ਲੈ ਹੁਣ ਅਕਾਲ ਤੱਕ ਸਭ ਤੋਂ ਤੂੰ ਐਡਾ ਕਮਜ਼ੋਰ ਸੀਗਾ ਕਿ ਉਹ ਆਪਣੇ ਪਬਲਿਕ ਜਿਨ੍ਹਾਂ ਨੇ ਬਾਰ-ਬਾਰ ਉਹਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਦੇ ਸਾਹਮਣੇ ਕਹਿ ਨਹੀਂ ਸਕਿਆ ਕਿ ਆਪਦੇ ਮੁੰਡੇ ਨਾਲ ਹੀ ਅੰਦਰ ਗੱਲ ਸਾਂਝੀ ਕਰਦਾ ਸੀਗਾ ਜੋ ਬਾਹਰ ਆ ਕੇ ਲੋਕਾਂ ਦੇ ਸਾਹਮਣੇ ਆਪਣੀ ਗਲਤੀ ਨੂੰ ਜਿਹੜਾ ਸਿਰੇ ਮੱਥੇ ਮੰਨ ਨਹੀਂ ਸਕਿਆ ਤਾਂ ਲੋਕਾਂ ਨਾਲ ਮੰਨ ਦੀ ਗੱਲ ਸਾਂਝੀ ਨਹੀਂ ਕਰ ਸਕਿਆ ਵੀ ਮੈਨੂੰ ਬੜਾ ਦੁੱਖ ਹੈ ਤਾਂ ਮੈਨੂੰ ਬੜਾ ਰੋਸ ਹੈ ਇਸ ਗੱਲ ਦਾ ਕਿ ਸਾਡੇ ਰਾਜ 'ਚ ਬੇਅਦਬੀ ਹੋਈ ਹੈ ਤੇ ਅਸੀਂ ਇਨਸਾਫ ਨਹੀਂ ਕਰ ਸਕੇ ਸਾਰੀਆਂ ਗੱਲਾਂ ਜਿਹੜੀਆਂ ਨੇ ਧਿਆਨ ਮੰਗਦੀਆਂ ਬਿਲਕੁਲ ਦਾਦੂਵਰ ਸਾਹਿਬ ਗੱਲਾਂ ਤੇ ਵਾਕਿਆ ਧਿਆਨ ਮੰਗਦੀਆਂ ਨੇ ਤੁਸੀਂ ਇੱਕ ਗੱਲ ਵਾਰ ਹੋਰ ਧਿਆਨ ਦਿਵਾਇਓ ਕਿ ਮੰਨ ਲੋ ਕਿ ਇੱਥੇ ਹੁਣ ਏਕਤਾ ਹੋਣੀ ਹੈ ਯਾਨੀ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸੰਜੁਗਤ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਹੈ ਹੁਣ ਵਿੱਚ ਕਾਲੇ ਬਹੁਤ ਸਾਰੀਆਂ ਸਿਆਸੀ ਧਿਰਾਂ ਹੋਰ ਵੀ ਨੇ ਤੇ ਨਾਲ ਦੀ ਨਾਲ ਸਿੱਖ ਸ਼ਕਸ਼ੀਤਾ ਵੀ ਹੈ ਜੇਕਰ ਪੰਥਕ ਦੇ ਏਕੇ ਦੇ ਲਈ ਕਾਹ ਨੂੰ ਆਵਾਜ਼ ਇੱਕ ਕੀਤੀ ਜਾਂਦੀ ਹੈ ਕੀ ਇੱਕ ਮੰਚ ਤੇ ਸਾਰੇ ਇਕੱਠੇ ਹੋ ਜਾਉਗੇ ਜਾਂ ਫਿਰ ਨਹੀਂ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅੱਜ ਸਿੱਖ ਸਿਆਸਤ ਦੇ ਆ ਬਹੁਤ ਹੀ ਜ਼ਿਆਦਾ ਜਿਹੜਾ ਨਾ ਦੁਰਗਤੀ ਹੋ ਰਹੀ ਆ ਬਹੁਤ ਵੱਡਾ ਖਲਾਅ ਪੈਦਾ ਹੋਇਆ ਹੈ ਉਦੋਂ ਸ਼ਕਬੀਰ ਸਿੰਘ ਬਾਦਲ ਨੇ ਕਹੇ ਇੱਕ ਤਾਂ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਵਾਲਾ ਅਕਾਲੀ ਦਲ ਇੱਕ ਪ੍ਰਕਾਸ਼ ਸਿੰਘ ਬਾਦਲ ਹੋਣਾ ਵੇਲੇ ਅਕਾਲੀ ਦਲ ਤੇ ਇਹ ਕੌਣ ਕਹਿੰਦਾ ਮੇਰੇ ਵੇਲੇ ਆ ਇਹਨਾਂ ਆਪ ਤਿੰਨ ਭਾਗਾਂ ਚ ਵੜਿਆ ਅਕਾਲੀ ਦਲ ਨੂੰ ਹਨ ਪਹਿਲਾਂ ਵਾਲਾ ਤਾਂ ਅਕਾਲੀ ਦਲ ਸੀਗਾ ਉਹਦਾ ਬਹੁਤ ਵੱਡਾ ਸਾਨਾ ਮੱਤਾ ਇਤਿਹਾਸ ਆ ਉਹਨੂੰ ਸਜਦਾ ਕਰਦੇ ਆ ਉਹ ਸੀ ਪੰਥ ਦੀ ਪੰਜਾਬ ਦੀ ਪਾਰਟੀ ਫਿਰ ਬਣ ਗਿਆ ਬਾਦਲ ਦਲ ਜਿਹਨੂੰ ਪੰਜਾਬੀ ਪਾਰਟੀ ਬਣਾਤਾ ਹੁਣ ਉਹ ਚੱਲੀ ਆਉਂਦੀ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਸਲਾਸ ਵੀਰ ਸਿੰਘ ਬਾਦਲ ਨੂੰ ਤੂੰ 103 ਸਾਲਾ ਸ਼੍ਰੋਮਣੀ ਅਕਾਲੀ ਦਲ ਦਾ ਮਨਾ ਰਹੇ ਆ ਕਿ ਜਾਂ ਪੰਜਾਬੀ ਪਾਰਟੀ ਜਿਹੜੀ ਉਹਨਾਂ ਬਣਾਈ ਸੀ ਉਹਦਾ ਦਿਨ ਮਨਾ ਰਹੇ ਆ ਹੂੰ ਉਹ ਪੰਜਾਬੀ ਪਾਰਟੀ ਉਹਨਾਂ ਨੇ ਬਣਾਈ ਸੀ ਉਹਦੇ 'ਚ ਜਿਹੜਾ ਹਾਲਮ ਆ ਗਿਆ ਉਹਦੇ 'ਚ ਸਾਰੇ ਜਿਹੜੇ ਦੂਸਰੇ ਸੀਗੇ ਇਧਰੋਂ ਆਸੇ ਪਾਸੇ ਸਾਰੇ ਵਿੱਚ ਸ਼ਾਮਲ ਕਰ ਲੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਤਾਂ ਇਹ ਹੈ ਹੀ ਨਹੀਂ ਸੀਗਾ ਇਕੋ ਇਸ ਤਰ੍ਹਾਂ ਦਾ ਗੈਰ ਸਿੱਖ ਗੈਰ ਮਰਿਆਦਤ ਬੰਦਾ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਅਹੁਦੇਦਾਰ ਬਣ ਸਕਦਾ ਪਰ ਇਹਨਾਂ ਨੇ ਜਿਹੜਾ ਹਾਲ ਉਹ ਜਿਹੜਾ ਸਿੱਖ ਨੌਜਵਾਨਾਂ ਦਾ ਕਾਤਲ ਹਲਮ ਸੈਨਾ ਬਣਾਈ ਸੀ ਉਹਨੂੰ ਸੀਨੀਅਰ ਮੀਤ ਪ੍ਰਧਾਨ ਬਣਾਤਾ ਉਹਦੀ ਘਰ ਵਾਲੀ ਐਮ ਐਲ ਏ ਬਣਾਤੀ ਉਹਨੂੰ ਪਾਰਲੀਮੈਂਟਿਕ ਸਖਤਰ ਬਣਾਤਾ ਜਿਹੜਾ ਸਿੱਖ ਨੌਜਵਾਨਾਂ ਦਾ ਕਾਤਲ ਸੀਗਾ ਉਹਨੂੰ ਡੀ ਜੀ ਪੀ ਬਣਾਤਾ ਸੁਮੇਤ ਸੈਣੀਨ ਹੋਰ ਕਿੰਨਾ ਕੁਛ ਆ ਬਹੁਤ ਜ਼ਿਆਦਾ ਇਹ ਜਿਹੜਾ ਇੱਕ ਮੈਂ ਇੱਕ ਕਹਿਣਾ ਚਾਹੁੰਦਾ ਕਿ ਖਲਾਫ ਬਹੁਤ ਵੱਡਾ ਸਿਖਰ ਰਾਜਨੀਤੀ ਚ ਪੰਥ ਦੀ ਪਾਰਟੀ ਚਾਹੀਦੀ ਆ ਜਿਹੜੀ ਪੰਥ ਦੇ ਪੰਜਾਬ ਦੀ ਗੱਲ ਕਰੇ ਉਹ ਸ਼੍ਰੋਮਣੀ ਅਕਾਲੀ ਦਲ ਆ ਪਰ ਜਿਹੜਾ ਮੌਜੂਦਾ ਪ੍ਰਬੰਧਕੀ ਸਿਸਟਮ ਆ ਇਹਨਾਂ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਪੈਣੀ ਆ ਇਹ ਸਤਾ ਚਾਹੀਦੀ ਆ ਪਰ ਜੇ ਹੁਣ ਇਹ ਕਹਿਣ ਵੀ ਸੰਯੁਕਤ ਅਕਾਲੀ ਦਲ ਵਿੱਚ ਉਹ ਤਾਂ ਪਹਿਲਾਂ ਹੀ ਇਹਨਾਂ ਚੋਂ ਗਏ ਆ ਵਾਪਸ ਮੁੜ ਵੀ ਆ ਸਕਦੇ ਆ ਹੋ ਸਕਦੇ ਕੀ ਉਹਦੇ ਨਾਲ ਸਾਡੀ ਪੰਥਕ ਇਕਤਾ ਹੋ ਜੂ ਹੂੰ ਇਹ ਸਾਰਾ ਬੰਸੇ ਹੋ ਪੰਥਕ ਇਕਤਾ ਦੀ ਲੋੜ ਹੈ ਪਰ ਪੰਥਕ ਇਕਤਾ ਦਾ ਕੋਈ ਪਮਾਨਾ ਹੋਵੇ ਪੰਥਕ ਇਕਤਾ ਜਿਹੜਾ ਉਹਦਾ ਕੋਈ ਮਾਪਦੰਡ ਹੋਵੇ ਕਿ ਕਿਸ ਤਰ੍ਹਾਂ ਉਹਦੇ ਕੋਈ ਸੂਰਤੇ ਸਿਧਾਂਤ ਹੋਣ ਕਿ ਕਿੰਨਾ ਗੱਲਾਂ ਦੇ ਉੱਤੇ ਪੰਥਕ ਇਕਤਾ ਹੋਣੀ ਉਹਦਾ ਪਮਾਨਾ ਕੀ ਆ ਫਿਰ ਕਿਸ ਤਰ੍ਹਾਂ ਅੱਗੇ ਚੱਲਣਾ ਦਾਦੂਆਲ ਸਾਹਿਬ ਇੱਕ ਇੱਕ ਵੀਰ ਸਿੰਘ ਬਾਦਲ ਦੀ ਅਗਵਾਈ ਤੇ ਸਾਰੇ ਆਜੋ ਤੇ ਉਹ ਪੰਥਕ ਇਕਤਾ ਹੋ ਜੂ ਦੱਸੋ ਨਹੀਂ ਪਰ ਦਾਦੂਆਲ ਸਾਹਿਬ ਇੱਥੇ ਇੱਕ ਚੀਜ਼ ਹੋਰ ਹੈ ਕਿ ਇੱਕ ਪਾਸੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਰਸਤਾ ਇੱਕ ਹੀ ਹੈ ਜਿੱਥੇ ਸਾਰਿਆਂ ਨੇ ਜਾਣਾ ਪਰ ਇਸ ਵੇਲੇ ਰਸਤੇ ਅਲੱਗ-ਅਲੱਗ ਸਾਰਿਆਂ ਨੇ ਕੀਤੇ ਹੋਏ ਨੇ ਪਰ ਜੇਕਰ ਪੰਥਕ ਇਕਤਾ ਦੀ ਗੱਲ ਕਰਦੇ ਆ ਤਾਂ ਫਿਰ ਇਦਾਂ ਤਾਂ ਕਦੀ ਵੀ ਨਹੀਂ ਗੱਲ ਹੋਣੀ ਜੇਕਰ ਕਾਨੂੰਨਾਂ ਦੀ ਗੱਲ ਹੋ ਜੇ ਨਿਯਮਾਂ ਦੀ ਗੱਲ ਹੋ ਜੇ ਮਾਪਦੰਡ ਦੀ ਗੱਲ ਹੋ ਜੇ ਫਿਰ ਤਾਂ ਇਹ ਉਹੀ ਗੱਲ ਹੋ ਗਈ ਆਪਣੀ-ਆਪਣੀ ਡੱਫਲੀ ਤੇ ਆਪਣਾ-ਆਪਣਾ ਰਾਗ ਲੱਗਦਾ ਨਹੀਂ ਇਦਾਂ ਦੀ ਵੀ ਕੋਈ ਗੱਲ ਨਹੀਂ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਰਿਆਂ ਨੂੰ ਪਾਸੇ ਕੀਤਾ ਸਾਰੇ ਪਾਸੇ ਹੋਣ ਨੂੰ ਮਜਬੂਰ ਉਹਨਾਂ ਦੇ ਗਲਤ ਫੈਸਲਿਆਂ ਕਰਕੇ ਹੀ ਹੋਇਆ ਨਾ ਸਾਰੇ ਪਾਸੇ ਸਾਰਿਆਂ ਨੂੰ ਪਾਸੇ ਉਹਨਾਂ ਨੇ ਖੁਦ ਹੀ ਕੀਤਾ ਨਾ ਜੀ ਜਿਹੜੇ ਸਿਧਾਂਤਾਂ ਸਿਧਾਂਤਕ ਤੌਰ ਤੇ ਪਾਸੇ ਗਏ ਆ ਉਹ ਫਿਰ ਸਿਧਾਂਤਕ ਤੌਰ ਤੇ ਹੀ ਨੇੜੇ ਆ ਸਕਦੇ ਆ ਨਾ ਉਹ ਇਹ ਤਾਂ ਹੈ ਨਹੀਂ ਬਸ ਵੀ ਆਗੇ ਜੀ ਆਜੋ ਜੀ ਆਜੋ ਜੀ ਏਕਤਾ ਕਰ ਲਈ ਏਕਤਾ ਸ਼ਬਦ ਬੜਾ ਚੰਗਾ ਵਾ ਪਰ ਏਕਤਾ ਦਾ ਪ੍ਰਮਾਨਾ ਕੀ ਆ ਜੀ ਪੰਥ ਦੀ ਜਿਹੜੀ ਹੈ ਵਿਗੜੀ ਸਵਾਰਨ ਲਈ ਇਕਤਾ ਦੀ ਲੋੜ ਆ ਮੈਂ ਹਮੇਸ਼ਾ ਕਿਹਾ ਅੱਜ ਵੀ ਕਹਿ ਰਿਹਾ ਕਿ ਸਾਨੂੰ ਇੱਕ ਪੰਥਕ ਪਾਰਟੀ ਦੀ ਲੋੜ ਆ ਜਿਹੜੀ ਪੰਥ ਦੀ ਅਗਵਾਈ ਕਰੇ ਪੰਥ ਦੀ ਗੱਲ ਕਰੇ ਦੁਨੀਆ ਭਰ 'ਚ ਅਜ ਨਹੀਂ ਆ ਉਹ ਕੋਈ ਇਹਦੇ ਕਰਕੇ ਸਾਨੂੰ ਸੰਤਾਪ ਭੋਗਣਾ ਪੈ ਰਿਆ ਇਹਦੇ ਕਰਕੇ ਸੰਸਥਾਵਾਂ ਵੱਖ-ਵੱਖ ਹੋਈਆਂ ਧੜੇ ਇਹਨਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਦੇ ਕਾਰਨ ਇਹਨਾਂ ਨੇ ਜਥੇਦਾਰਾਂ ਨੂੰ ਵਰਤਿਆ ਸ਼੍ਰੋਮਣੀ ਸੰਸਥਾਵਾਂ ਨੂੰ ਵਰਤਿਆ ਇਹ ਜਿਹੜੀਆਂ ਸਰਮੌਰ ਸੰਸਥਾਵਾਂ ਸੀ ਜਦੋਂ ਉਹਨਾਂ ਨੂੰ ਨੌਕਰਾਂ ਵਾਂਗੂ ਜਥੇਦਾਰਾਂ ਨੂੰ ਰਖੇਲਾਂ ਦੀ ਤਰ੍ਹਾਂ ਸੰਸਥਾਵਾਂ ਨੂੰ ਵਰਤੇ ਆ ਤੇ ਤਾਂ ਹੀ ਇਹ ਖਲਾਅ ਪੈਦਾ ਹੋਇਆ ਅੱਜ ਉਹ ਖਲਾਅ ਨੂੰ ਭਰਨਾ ਤਾਂ ਪੰਥ ਵਸੇ ਮੈਂ ਉੱਜੜਾਂ ਵਾਲੀ ਭਾਵਨਾ ਚਾਹੀਦੀ ਆ ਉਥੇ ਤਿਆਗ ਸਰਦਾਰ ਸੁਖਬੀਰ ਸਿੰਘ ਬਾਗਲ ਨੂੰ ਵੀ ਕਰਨਾ ਚਾਹੀਦਾ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਭੂਮਿਕਾ ਨਿਰਪੱਖ ਨਿਭਾਉਣੀ ਚਾਹੀਦੀ ਬਾਕੀ ਦਸਤਾਂ ਦੇ ਜਥੇਦਾਰਾਂ ਨੂੰ ਵੀ ਤਾਂ ਫੈਸਲਾ ਕੌਮ ਦੇ ਅੱਗੇ ਰੱਖ ਦੇਣੇ ਚਾਹੀਦਾ ਕੌਮ ਸੇਵਾ ਲਾਵੇ ਤੇ ਉਹ ਕੌਮ ਦੀ ਅਗਵਾਈ ਕਰੇ ਜੇਕਰ ਹੁਣ ਇਹੀ ਗੱਲ ਬਾਰ ਬਾਰ ਕਿ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਜਾ ਦਿਓ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਜਾ ਦਿਓ ਤਾਂ ਮੇਰੇ ਖਿਆਲ ਨਾਲ ਇਸ ਤਰੀਕੇ ਨਾਲ ਨਹੀਂ ਸਾਰੇ ਆਉਣਗੇ ਬਾਕੀ ਜੇ ਆਉਂਦੇ ਆ ਤਾਂ ਮੁਬਾਰਕ ਉਹਨਾਂ ਨੂੰ ਭਾਈ ਜਿਹੜੇ ਵਿੱਚੋਂ ਗਏ ਸੀ ਮੁੜ ਕੇ ਆਉਂਦੇ ਆ ਤਾਂ ਮੁਬਾਰਕ ਉਹਨਾਂ ਨੂੰ ਪਰ ਇਹ ਕਿਹਦੇ ਸਾਹਿਬ ਦੀ ਕੋਸ਼ਿਸ਼ ਹੈ ਜੀ ਹਾਂਜੀ ਮੁਬਾਰਕਾ ਢੀਂਸਾ ਸਾਹਿਬ ਨੂੰ ਦਿੰਦੇ ਪਏ ਹੋ ਜਾਂ ਹੋਰ ਵੀ ਕੋਈ ਸਾਹਿਬ ਜਿਹੜੇ ਵਿੱਚ ਜਿਹੜੇ ਜਿਹੜੇ ਗਏ ਆ ਵਾਸੀ ਦਾ ਜਿਨ੍ਹਾਂ ਨੇ ਰਾਹ ਬਣਾਇਆ ਜੀ ਅਸੀਂ ਤਾਂ ਮੁਆਰਕ ਹੀ ਦੇਨੇ ਅਸੀਂ ਕਿਉਂ ਇਸ ਚੀਜ਼ ਨੂੰ ਰੋਕਦੇ ਆ ਅਸੀਂ ਤਾਂ ਉਹਨਾਂ ਨੂੰ ਕਿਹਾ ਨਹੀਂ ਸੀ ਛੱਡੋ ਜੀ ਤੇ ਅਸੀਂ ਕਿਹਾ ਨਹੀਂ ਆ ਵੀ ਆਓ ਅਸੀਂ ਤਾਂ ਜਿਹੜੇ ਆ ਨਾ ਦੇਖੋ ਇੱਕ ਹਸਪਤਾਲ ਸਿੱਖ ਪ੍ਰਚਾਰਕ ਦੇ ਤੌਰ ਤੇ ਮੈਂ ਇੱਕ ਗੱਲ ਕਹਿਣਾ ਕਿ ਸਿਧਾਂਤ ਬਣਾਉਣੇ ਪੈਣੇ ਆ ਪਰ ਮਾਨਾ ਬਣਾਉਣਾ ਪੈਣਾ ਇਕਦਾਂ ਦਾ ਉਹਦੇ ਵਿੱਚ ਬਣਦਾ ਮਾਨ ਸਨਮਾਨ ਸਤਕਾਰ ਸ਼ਬਦੋਂ ਦੇਣਾ ਪੈਣਾ ਔਰ ਉਹ ਦੇ ਕੇ ਔਰ ਸਾਰਿਆਂ ਨੂੰ ਮੈਂ ਸਮਝਦਾ ਗਿਲੇ ਸ਼ਿਕਵੇ ਭਲਾ ਕੇ ਸਾਰਿਆਂ ਨੂੰ ਫਿਰ ਜਦੋਂ ਕੋਈ ਮਾਨਾਉ ਸਿਧਾਂਤ ਵਰਤਿਆ ਜਾਂਦਾ ਫਿਰ ਸਾਡਾ ਕੋਈ ਨਿੱਜੀ ਰੌਲਾ ਨਹੀਂ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਮੇਰਾ ਵੀ ਕੋਈ ਨਿੱਜੀ ਰੌਲਾ ਨਹੀਂ ਆ ਕੋਈ ਵੱਟ ਦਾ ਰੌਲਾ ਥੋੜੀ ਆ ਸਾਡੀ ਕੋਈ ਜ਼ਮੀਨ ਸਾਂਝੀ ਆ ਤੇ ਪਾਣੀ ਦਾ ਰੌਲਾ ਉਹ ਇੱਕ ਸਰਮਾਇਦਾਰ ਪਰਿਵਾਰ ਆ ਮੈਂ ਇੱਕ ਗਰੀਬ ਸੇਖ ਆ ਇੱਕ ਪ੍ਰਚਾਰਕ ਮੇਰਾ ਸਿਰਫ ਸਿਧਾਂਤਕ ਗੱਲ ਆ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਕੋਈ ਨਿੱਜੀ ਰੌਲਾ ਨਹੀਂ ਆ ਮੈਂ ਉਹਨਾਂ ਨੂੰ ਕਹਿ ਰਿਹਾ ਕਿ ਅੱਜ ਜੇ ਪੰਥ ਦੇ ਪੰਜਾਬ ਨਹੀਂ ਮੰਨ ਰਿਹਾ ਤਿਆਗ ਦੀ ਭਾਵਨਾ ਦਿਖਾਓ ਪੰਥ ਪੰਜਾਬ ਇਕੱਠਾ ਹੋ ਜਾਵੇ ਤੁਸੀਂ ਪਾਸੇ ਰਹਿ ਕੇ ਵੀ ਸੇਵਾ ਕਰ ਸਕਦੇ ਹੋ ਵੱਡੀ ਸੇਵਾ ਕਰ ਸਕਦੇ ਹੋ ਜਦੋਂ ਪੰਥ ਪ੍ਰਵਾਨ ਕਰ ਲੂ ਤੁਹਾਡੀ ਸੇਵਾ ਨੂੰ ਫਿਰ ਜ਼ਿੰਮੇਵਾਰੀ ਦੇ ਸਕਦਾ ਬਿਲਕੁਲ ਦਾਦੂਵਾਲ ਸਾਹਿਬ ਬਿਲਕੁਲ ਇਸ ਗੱਲਾਂ ਜੇਕਰ ਇਸ ਤਰ੍ਹਾਂ ਹੁੰਦਾ ਨੇ ਤੇ ਆਉਣ ਵਾਲੇ ਸਮੇਂ ਚ ਪੰਥ ਦੀ ਇਕਤਾ ਲਈ ਜ਼ਰੂਰ ਕਹਿ ਸਕਦੇ ਹਾਂ ਕਿ ਕੁਸ਼ਨਾ ਕੁਸ਼ ਹੋ ਰਿਹਾ ਧੰਨਵਾਦ ਤੁਸੀਂ ਗੱਲਬਾਤ ਕੀਤੀ ਦਾਦੂਵਾਲ ਸਾਹਿਬ ਧੰਨਵਾਦ ਜੀ ਧੰਨਵਾਦ ਜੀ ਜੋ ਇਸ ਸੰਗਠਨ ਸੰਤ ਬਿਲਜ ਸਿੰਘ ਦਾ ਦਦੂਆਲ ਜਿਨ੍ਹਾਂ ਨੇ ਗੱਲਾਂ ਕੀਤੀਆਂ ਨੇ ਕਿ ਕੋਈ ਪੈਮਾਨਾ ਹੋਣਾ ਚਾਹੀਦਾ ਮਾਪਦੰਡ ਹੋਣਾ ਚਾਹੀਦਾ ਤਾਂ ਕਿ ਇਹ ਸਾਰੇ ਸਿਆਸਤਦਾਨ ਇਕੱਠੇ ਹੋ ਸਕਣ ਪਰ ਦੂਸਰੀ ਗੱਲ ਇੱਥੇ ਇਹ ਵੀ ਹੈ ਕਿ ਇਹ ਮਾਪਦੰਡ ਹੋਣਾ ਕਿਵੇਂ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੱਖਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀਆਂ ਗੱਲਾਂ ਵੱਖਰੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਸਲੇ ਉਹਨਾਂ ਦੇ ਵੀ ਵੱਖਰੇ ਤੇ ਗੱਲਾਂ ਉਹਨਾਂ ਦੀਆਂ ਵੀ ਵੱਖਰੀਆਂ ਹਾਲਾਂਕਿ ਜਦੋਂ ਸ਼ਬਦ ਇੱਕ ਆ ਜਾਂਦਾ ਸਿੱਖ ਤੇ ਇਹਦਾ ਮਤਲਬ ਹੈ ਪਹਿਲਾ ਸਭ ਤੋਂ ਚਾਹੀਦਾ ਸਿੱਖਣਾ ਪਰ ਇੱਥੇ ਕਿੰਨਾ ਕੁ ਸਿੱਖਣ ਦਾ ਯਤਨ ਕੀਤਾ ਜਾ ਰਿਹਾ ਇਹ ਸਭ ਨੂੰ ਪਤਾ ਹੈ ਕਪੜਿਆਂ ਦੇ ਵਿੱਚ ਕਿੰਨੀਆਂ ਕਮੇਟੀਆਂ ਫਸੀਆਂ ਹੋਈਆਂ ਨੇ ਜਥੇਦਾਰਾਂ ਦਾ ਜ਼ਿਕਰ ਕੀਤਾ ਜਿਸ ਹਿਸਾਬ ਦੇ ਨਾਲ ਸੰਤ ਬਲਜੀਤ ਸਿੰਘ ਦਾਦੂਵਾਲ ਹੁਰਾ ਨੇ ਸ਼ਬਦ ਉਹਨਾਂ ਨੇ ਕੌੜੇ ਵਰਤੇ ਨੇ ਤਿੱਖੇ ਵਰਤੇ ਨੇ ਚੁੱਬਵੇਂ ਵਰਤੇ ਨੇ ਹੋ ਸਕਦਾ ਕਿਸੇ ਨੂੰ ਤਕਲੀਫ ਵੀ ਦੇਣੇ ਸ਼ਬਦ ਪਰ ਜੇਕਰ ਸੱਚਮੁੱਚ ਹੀ ਇਸ ਤਰ੍ਹਾਂ ਹੋ ਰਿਹਾ ਤੇ ਅੱਜ ਪੰਥ ਦੇ ਬਾਰੇ ਸਾਰਿਆਂ ਨੂੰ ਵਿਚਾਰਾ ਕਰਨ ਦੀ ਜ਼ਰੂਰਤ ਹੈ ਇਕੱਠ ਕਰਕੇ ਵਿਚਾਰਾ ਕਰਨ ਦੀ ਜ਼ਰੂਰਤ ਹੈ ਗੱਲਾਂ ਬਾਤਾਂ ਦਾ ਵਿਚਾਰਾ ਨਹੀਂ ਹੋਣੀਆ ਵੇਚ ਇਹਨਾਂ ਨੇ ਇੱਕ ਜ਼ਿਕਰ ਕੀਤਾ ਕਿ ਅੱਜ ਜੇਕਰ ਸਾਰੇ ਛੱਡ ਕੇ ਗਏ ਦੁਆਰਾ ਆਉਂਦੇ ਤੇ ਇਹਦੇ ਵਿੱਚ ਫਰਕ ਕੀ ਪੈਣਾ ਫਰਕ ਤਾਂ ਬਿਲਕੁਲ ਕੋਈ ਨਹੀਂ ਪੈਣਾ ਚਾਹੇ ਸੁਖਦੇਵ ਸਿੰਘ ਢੀਂਟਾਹੂਰ ਸੁਖਦੇਵ ਸਿੰਘ ਢੀਂਟਾਹੂਰਾ ਨਾ ਗਲਬਤ ਕੀਤੀ ਥੋੜਾ ਜਿਹਾ ਜ਼ਿਕਰ ਕੀਤਾ ਉਹਨਾਂ ਨਾਲ ਕਿ ਭਾਈ ਕਹਿੰਦੇ ਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਜਾਣਾ ਕਹਿੰਦੇ ਇਦਾਂ ਦੀ ਤਾਂ ਕੋਈ ਗੱਲ ਹੀ ਹੈ ਨਹੀਂਗੀ ਅਸੀਂ ਤਾਂ ਇੱਕ ਮੀਟਿੰਗ ਸੱਦੀ ਆ ਮੀਟਿੰਗ ਦੇ ਵਿੱਚ ਇਹ ਵਿਚਾਰ ਕੀਤਾ ਜਾਵੇਗਾ ਕਿ ਕੱਲ ਨੂੰ ਕੀ ਫੈਸਲਾ ਲੈਣਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਨਾ ਕਿਉਂਕਿ ਸਾਡੇ ਸਿਆਸਤ ਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਬਹੁਤ ਸਾਰੇ ਸਿਆਸਤਦਾਨ ਰੁੱਸੇ ਐਸੇ ਕਰਕੇ ਸੀ ਕਿ ਨੀਤੀਆਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਵਧੀਆ ਨਹੀਂ ਸਨ ਇਸ ਕਰਕੇ ਅਸੀਂ ਵੱਖਰੇ ਹੋਣ ਦਾ ਫੈਸਲਾ ਕੀਤਾ ਪਰ ਹੁਣ ਜੇਕਰ ਮਾਫੀ ਮੰਗ ਲਈਏ ਤਾਂ ਸੰਕੇਤ ਥੋੜੇ ਥੋੜੇ ਆ ਰਹੇ ਆ ਕਿ ਨੇੜੇ ਹੋ ਸਕਦੇ ਨੇ ਹੋਣਾ ਕਿ ਨਹੀਂ ਆਉਣ ਵਾਲਾ ਸਮਾਂ ਦੱਸੇਗਾ ਬਾਕੀ ਦੇਖਦੇ ਆਂ ਗੱਲ ਕਿੱਧਰ ਨੂੰ ਜਾਂਦੀ ਹੈ ਪਰ ਇਹਨਾਂ ਜ਼ਰੂਰ ਹੈ ਵਕਫ ਵਕ ਸਿਆਸਤਦਾਨਾਂ ਦੀਆਂ ਪ੍ਰਤੀਕਿਰਿਆ ਵੀ ਸਾਹਮਣੇ ਆ ਰਹੀਆਂ ਨੇ ਚਾਹੇ ਕਾਂਗਰਸ ਦੇ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਕਿਉਂ ਨਾ ਹੋਣ ਵੜਿੰਗ ਸਾਹਿਬ ਵੀ ਕਹਿੰਦੇ ਆ ਚਲੋ ਇੰਨਾ ਸਮਾਂ ਲਾ ਲਿਆ ਮਾਫੀ ਮੰਗ ਲਈਏ ਵੀ ਵੜਿੰਗ ਸਾਹਿਬ ਠੀਕ ਆ ਤੁਸੀਂ ਕਹਿੰਨੇ ਮਾਫੀ ਮੰਗ ਲਈ ਐ ਅਸੀਂ ਵੜਿੰਗ ਸਾਹਿਬ ਦੀ ਗੱਲਬਾਤ ਵੀ ਸੁਣਾਗੇ ਪਰ ਸਵਾਲ ਤੇ ਵੀ ਆ ਨਾ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀ 2015 ਦੇ ਵਿੱਚ ਬੇਅਦਬੀ ਵਾਪਰਦੀ ਆ 16 17 ਦਾ ਸਮਾਂ ਐਂ ਖਾਲੀ ਚੱਲ ਗਿਆ ਉਸ ਵੇਲੇ ਸਾਰੇ ਜਾਂਚ ਕਰਵਾ ਕੇ ਫੈਸਲਾ ਕੀਤਾ ਜਾ ਸਕਦਾ ਸੀ ਕਿਉਂਕਿ ਲੋਕਾਂ ਦੀਆਂ ਨਜ਼ਰਾਂ ਕਿਤੇ ਸੀ ਇੱਕ ਪੰਥਕ ਪਾਰਟੀ ਤੇ ਨਜ਼ਰਾਂ ਸੀ ਪੰਥਕ ਪਾਰਟੀ ਸਾਰਾ ਕੁਝ ਕਰਵਾਏਗੀ ਜਾਂ ਨਹੀਂ ਕਰਾ ਸਕਦੀ ਇਹ ਲੋਕਾਂ ਨੇ ਉਸ ਵੇਲੇ ਗੱਲਾਂ ਕੀਤੀਆਂ ਸਮੇਂ-ਸਮੇਂ ਤੇ ਪਰ ਕਿਉਂ ਜਾਂਚ ਏਜੰਸੀਆਂ ਵਾਰ-ਵਾਰ ਬਦਲੀਆਂ ਗਈਆਂ ਐਸਆਈਟੀ ਕਿੰਨੀਆਂ ਬਣਾਈਆਂ ਗਿਆ ਜਿਹੜੀਆਂ ਬਣਾਈਆਂ ਸੀ ਜਿਨ੍ਹਾਂ ਨੇ ਚਲਾਨ ਪੇਸ਼ ਕੀਤੇ ਸੀ ਉਹਨਾਂ ਦੇ ਚਲਾਨ ਕਿੱਥੇ ਰੋਕੇ ਗਏ ਕਿਉਂ ਰੋਕੇ ਗਏ ਤੇ ਅੱਜ ਜਿਹੜੀ ਪਾਰਟੀ ਵਿਰੋਧ ਕਰਦੀ ਸੀ ਉਹ ਪਾਰਟੀ ਉਸ ਸਿਆਸਤਦਾਨ ਦੀ ਜਿਹੜਾ ਪਹਿਲਾਂ ਪ੍ਰਸ਼ਾਸਨ ਦੇ ਵਿੱਚ ਸੀ ਅੱਜ ਸਿਆਸਤ ਵਿੱਚ ਉਹਨਾਂ ਦੀ ਗੱਲ ਕਿਉਂ ਨਹੀਂ ਸੁਣ ਰਹੀ ਸਵਾਲ ਤੇ ਵੀ ਬਹੁਤ ਵੱਡੇ ਨੇ ਨਾ ਪਰ ਇੱਥੇ ਅਮਰਿੰਦਰ ਸਿੰਘ ਰਾਜਾ ਵੜਿੰਗਹੁਰਾ ਨੂੰ ਸੁਣਦੇ ਆ ਰਾਜਾ ਵੜਿੰਗ ਸਾਹਿਬ ਨੇ ਇਹ ਗੱਲ ਕਹੀ ਹੈ ਮਾਫੀ ਮੰਗ ਲਈ ਚਲੋ ਚੰਗੀ ਗੱਲ ਹੈ गल तो और भी बहुत सारिया कीतियां पहला अमरिंदर सिंह राज कम से कम जो पिछले कई सालों से लोग इंसाफ मांग रहे हैं बगराड़ी इशू के ऊपर और तब से अकाली दल हमेशा और सुखबीर सिंह बादल ये कहते हैं कि भाई हमने कोई गुना नहीं किया हमने कोई गलती नहीं की ये हर मंच पर और बड़ी बड़ी सभाओं में ये बोला तो ये इसमें दो गलतियां हो गई थी एक तो एक तो लोग मानते थे कि जो कुछ भी हुआ उसके गुनेगार बादल हैं दूसरा गुना को छुपाना भी एक गलती है ये जो माफी आज मांगी है कहीं ना कहीं किसी ने उनको कहा होगा कम से कम माफी तो मांग लो कम से कम माफी तो मांग लो पहले माफी मांगो दूसरे अकाली दल वालों ने जो अलग अलग हुआ अकाली दल क्या पहले माफी मांगो आप मानो कि आपने गुनाह किया है तो मेरा ख्याल लोगों की कहने से और अपने इर्द गिर्द के साथियों से जो छोड़ के चले गए थे उन्होंने कहा पहले माफी मांगो तो मैं समझता हूं कि चलो माफी तो मांगी ये कबूल तो किया कि आपने गुनाह किया है लेकिन देरी कर दी माफी मांगने में पता नहीं क्यों तुरंत माफी क्यों नहीं मांगी गई इतना कुछ होने के बावजूद आपने हर व्यक्ति को शेल्टर किया आपने उन गुनेगारों को बचाने का काम किया जिन्होंने सिखों के ऊपर अत्याचार किया गुरु ग्रंथ साहब महाराज की बेअदबी हुई और कैसे वो एपिसोड पे एपिसोड रचा गया आ, मैं समझता हूं कि बहुत देर कर दी ऐसा ही किसान आंदोलन में किया गया जब आप लोगों को ये कन्विंस कराने लग गए कि ये जो, आ, जो ये जो जो काले बिल कानून आए थे खेती के खिलाफ ये सही हैं, तो जनता ने कहा ये आपके साइन है बादल साहब ने भी कन्विंस किया कि इसमें आपको फायदा होगा जब लोगों का रो देखा जब लोगों ने धरना लगा दिया गेट के बाहर लगा के तो फिर इनको कहना पड़ा कि नहीं हम अपना मंत्री पद छोड़ते हैं पहले साइन कर दिए फिर मंत्री पद छोड़ता छोड़ा हरसिमरत कौर जी ने और फिर उसका फायदा क्यों नहीं क्यों कोई नहीं हुआ तो मेरे कहने का मतलब जब आप सही समय पे, सही जगह पर उस वक्त काम नहीं करोगे मान लो किसी की शादी हो रही है आप छह साल बाद उसकी शादी में जाओगे तो कोई बात बनेगी नहीं चलो कम से कम ये जरूर कह सकते हैं कि यार छह साल बाद अपने गुनाहों की माफी मांगी ये कबूल कर लिया कि मैं हमसे गुनाह हुआ है नहीं तो रोज कटहरे में खड़ा करते थे दूसरी पार्टियों को हमने तो कुछ किया ही नहीं है देखो हम कहते थे इन्होंने गुनाह किया है जनता कहती थी इन्होंने गुनाह किया है ये तमाम सिट के लोग कहते थे गुनाह किया है दूसरी अब पार्टी आ गया वो कहते थे गुनाह किया है तमाम ज्बंदियां जो आ, हमारे संत महात्मा थे वो कहते थे गुनाह हुआ है ये कहते थे गुनाह ही नहीं हुआ है ਮਾਨੇ ਤੋਂ ਸਹੀ ਗੁਨਾਹ ਹੋਇਆ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤੁਸੀਂ ਸੁਣਿਆ ਪਰ ਇੱਥੇ ਕੀ ਹੁਣ ਵਾਕਈ ਇਸ ਮਸਲੇ ਤੇ ਸਿਆਸਤ ਹੋ ਰਹੀ ਹੈ ਜਾਂ ਸਰ ਆ ਰਹੀ ਸਿਆਸਤ ਮਤਲਬ ਕਿ ਲੋਕ ਸਭਾ ਦੇ ਚੋਣਾਂ ਜਿਵੇਂ ਨਜ਼ਦੀਕ ਆ ਰਹੀਆਂ ਨੇ ਉਹਨੂੰ ਲੈ ਕੇ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਇੱਕ ਪਾਸੇ ਜਦੋਂ ਸ਼ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਣ ਉਧਰ ਦਾਦੂਆਲ ਹੋਣ ਤੁਸੀਂ ਸੁਣਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਆ ਤੇ ਨਾਲ ਦੀ ਨਾਲ ਭਾਜਪਾ ਦੇ ਹਰਦੀਪ ਸਿੰਘ ਗਰੇਵਾਲ ਨੇ ਹੁਣ ਗਰੇਵਾਲ ਸਾਹਿਬ ਹਰਜੀਤ ਸਿੰਘ ਗਰੇਵਾਲ ਹੁਰਾ ਨੇ ਜਿਸ ਹਿਸਾਬ ਦੇ ਨਾਲ ਆਉਂਦੀਆਂ ਚੋਣਾਂ ਨੂੰ ਲੈ ਕੇ ਵੀ ਗੱਲਾਂ ਕਰ ਦਿੱਤੀਆਂ ਤੇ ਇਹ ਵੀ ਕਹਤਾ ਕਿ ਤੁਸੀਂ ਚਿੰਤਾ ਨਾ ਕਰੋ ਅਕਾਲੀਆਂ ਦੇ ਨਾਲ ਗੱਠ ਜੋੜਦਾ ਕੋਈ ਫਾਇਦਾ ਨਹੀਂ ਇਹ ਗੱਲ ਕਿਉਂ ਕਹਤੀ ਹੈ ਹੁਣ ਜਾਣ ਤਾਂ ਭਾਈ ਅੰਦਰਖਾਤੇ ਇਹ ਵੀ ਹੁੰਦਾ ਨਾ ਕਿ ਭਾਅ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਕਿਉਂਕਿ ਭਾਅ ਚਲੋ ਸਿਆਸੀ ਭਾਅ ਸੀ ਕਹਿੰਨੇ ਪਏ ਆ ਕਿਉਂਕਿ ਲੀਡਰ ਜਿਸ ਹਿਸਾਬ ਦੇ ਨਾਲ ਇਸ ਵੇਲੇ ਚਰਚਾਵਾ ਕਰਦੇ ਪਏ ਕਿ ਅਸੀਂ ਕਿਸੇ ਪਾਰਟੀ ਨਾਲ ਗੱਠ ਜੋੜ ਨਹੀਂ ਕਰਨਾ ਇਹ ਤਾਂ ਤੁਸੀਂ ਕਹਿੰਨੇ ਆ ਰupani ਸਾਹਿਬ ਨੇ ਤਾਂ ਕੋਈ ਹੋਰ ਹੀ ਸੰਕੇਤ ਦਿੱਤੇ ਕੁਝ ਦਿਨ ਪਹਿਲਾਂ ਰਖੜਾ ਸਾਹਿਬ ਨੇ ਤਾਂ ਕੋਈ ਹੋਰ ਹੀ ਗੱਲਾਂ ਕੀਤੀਆਂ ਕੁਝ ਦਿਨ ਪਹਿਲਾਂ ਇਹਦਾ ਮਤਲਬ ਹੈ ਕਿ ਅਜੇ ਤੱਕ ਪਾਰਟੀ ਦੇ ਕੁਝ ਕੁ ਲੀਡਰਾਂ ਤੱਕ ਸ਼ਾਇਦ ਇਹ ਗੱਲਾਂ ਨਾ ਪਹੁੰਚੀਆਂ ਹੋਣ ਪਰ ਇਹ ਵੀ ਹੋ ਸਕਦਾ ਹੈ ਕਿ ਗੱਲਾਂ ਪਹੁੰਚ ਗਈਆਂ ਹੋਣ ਪਰ ਆਪਣੇ ਤਰੀਕੇ ਨਾਲ ਕੋਈ ਬਿਆਨ ਦਿੰਦਾ ਹੋਵੇ ਤੇ ਗੱਲਾਂ ਤਾਂ ਇਹ ਵੀ ਹੋ ਸਕਦੀਆਂ ਨਾ ਕਿ ਉੱਪਰਲੇ ਪਾਸੇ ਬਿਲਕੁਲ ਤਾਰਾਂ ਜੁੜ ਗਈਆਂ ਬਸ ਕਿਸੇ ਵੇਲੇ ਵੀ ਸਿਆਸੀ ਪਟਾਕਾ ਪੈਣਾ ਪਰ ਇੱਥੇ ਹਰਜੀਤ ਸਿੰਘ ਗਰੇਵਾਲ ਹੂਰਾ ਨੇ ਕੀ ਕਿਹਾ ਅਸੀਂ ਉਹ ਵੀ ਦੇਖਦੇ ਹਾਂ ਜੋ ਜੋ ਪਾਰਲੀਮੈਂਟ ਦੀ ਇਲੈਕਸ਼ਨ ਨੇੜੇ ਆਉਂਦੀ ਜਾਂਦੀ ਹੈ ਤੇ ਉਤੋਂ ਤੋਂ ਸਿਆਸੀ ਜੋੜ ਘਟੋ ਹੁਣੇ ਸ਼ੁਰੂ ਹੋ ਗਏ ਨੇ ਨਵੇਂ ਗੱਠ ਚੋੜ ਉਹ ਵੀ ਬਣਨ ਦੀ ਸੰਭਾਵਨਾ ਤੇ ਪੁਰਾਣੇ ਗੱਠ ਚੋੜ ਉਹ ਵੀ ਦੁਬਾਰਾ ਟੁੱਟੀਆਂ ਗੰਢਣ ਦਾ ਵੇਲਾ ਹੋ ਗਿਆ ਤੇ ਭੱਜੀਆਂ ਮਖਾਂ ਕਹਿੰਦੇ ਗੱਲ ਨੂੰ ਆਉਣ ਲੱਗੀਆਂ ਨੇ ਅਕਾਲੀ ਭਾਜਪਾ ਦਾ ਗੱਠ ਚੋੜ ਹੋਏਗਾ ਜਾਂ ਨਹੀਂ ਹੋਏਗਾ ਇਸ ਵੇਲੇ ਇਹ ਕਿਆ ਸਰਾਈਆਂ ਲੱਗ ਰਹੀਆਂ ਨੇ ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਕਸਰ ਭਾਸ਼ਪਾ ਕਿਉਂਕਿ ਪਹਿਲਾਂ ਇਹ ਹੀ ਹੁੰਦਾ ਸੀਗਾ ਕਿ ਭਾਸ਼ਪਾ ਛੋਟੇ ਭਾਈ ਦੀ ਭੂਮਿਕਾ 'ਚ ਹੁੰਦੀ ਸੀ ਕੀ ਹੁਣ ਛੋਟੇ ਭਾਈ ਦੀ ਭੂਮਿਕਾ ਚ ਆਏਗੀ ਜਾਂ ਬਰਾਬਰ ਹੀ ਹੋਏਗੀ ਜਾਂ ਵੱਡੇ ਭਾਈ ਦੀ ਭੂਮਿਕਾ ਗੱਲਬਾਤ ਕਰਦੇ ਆ ਗਰੇਵਾਲ ਸਾਹਿਬ ਵਧਾਈਆਂ ਤੁਹਾਨੂੰ ਦੇ ਦਈਏ ਕਿ ਤੁਹਾਡਾ ਐਲਾਈਅੰਸ ਹੋਣ ਜਾ ਰਿਹਾ ਹੈਗਾ ਕਿਉਂਕਿ ਗੱਲ ਤਾਂ ਚੱਲਦੀ ਰਹਿੰਦੀ ਹੈ ਇਹ ਦੋਨੋਂ ਤਰ੍ਹਾਂ ਤੋਂ ਆ ਰਹੀ ਹੈ ਗੱਲ ਚੱਲ ਰਹੀ ਹੈ ਦੇਖੋ ਅਜੇ ਤੱਕ ਇਹਦੀ ਕੋਈ ਜਾਣਕਾਰੀ ਨਹੀਂ ਕੱਲ ਹੀ ਸਾਡੀ ਪਰਸੋਂ ਮੀਟਿੰਗ ਹੋਈ ਹੈ ਸਾਡੇ ਪਰਿਵਾਰੀ ਆਏ ਸੀ ਸਾਨੂੰ ਇਹ ਹੀ ਕਿਹਾ ਕਿ 13 ਦੇ 13 ਸੀਟਾਂ ਦੀ ਤਿਆਰੀ ਕਰੋ ਜੀ ਅਸੀਂ ਉਸ ਤੇ ਆ ਰਹੀ ਚੁਰਜੇ ਹੋਏ ਆ। ਔਰ ਜਦੋਂ ਕੋਈ ਫੈਸਲਾ ਹੋਏਗਾ ਤਾਂ ਠੀਕ ਹੈ। ਵੈਸੇ ਵੀ ਅਕਾਲੀ ਦਲ ਕੋਲ ਹੋਰ ਕੋਈ ਆਲਟਰਨੇਟ ਨਹੀਂ ਹੈ। ਅਕਾਲੀ ਦਲ ਖੜਾ ਹੋਇਆ ਐਂਟੀ ਕਾਂਗਰਸਿਮ ਤੇ। ਠੀਕ ਹੈ। ਔਰ ਇੱਥੇ ਪੰਜਾਬ 'ਚ ਆਮ ਆਦਮੀ ਪਾਰਟੀ ਖੜੀ ਹੋਈ ਆ ਐਂਟੀ ਅਕਾਲੀਸਿਮ ਤੇ ਔਰ ਐਂਟੀ ਕਾਂਗਰਸਿਮ ਤੇ। ਤੇ ਅਕਾਲੀ ਦਲ ਤਾਂ ਸਾਡੇ ਨਿਸਦੀ ਕਰ ਸਕਦਾ। ਠੀਕ ਹੈ ਇਹ ਇਸ ਲਈ ਉਹਨਾਂ ਕੋਲ ਹੋਰ ਕੋਈ ਆਲਟਰਨੇਟ ਨਹੀਂ ਹੈ ਤੁਹਾਡੇ ਕੋਲ ਹੈ ਆਲਟਰਨੇਟ ਫੋਰ ਕਿਉਂਕਿ ਭਾਜਪਾ ਦਾ ਵੀ ਕਹਿੰਦੇ ਉਹੀ ਹਾਲ ਹੈ ਜੋ ਕੱਲਿਆਂ ਦਾ ਇਸ ਵੇਲੇ ਹਾਲ ਹੈ ਭਾਜਪਾ ਨੂੰ ਵੀ ਕੁਝ ਨਹੀਂ ਪੰਜਾਬ ਦੇ ਵਿੱਚ ਵੱਡਦਾ ਹੋਇਆ ਨਜ਼ਰ ਆ ਰਿਹਾ ਸਾਡਾ ਇਸ ਤੋਂ ਬੁਰਾ ਹਾਲ ਹੁੰਦਾ ਸੀ ਹਰਿਆਣੇ 'ਚ ਮੈਂ ਹਰਿਆਣਾ ਭਾਜਪਾ ਦਾ ਕੰਮ ਦੇਖਦਾ ਰਿਹਾ ਮੈਂ ਉਦੋਂ ਕਹਿੰਦਾ ਹੁੰਦਾ ਸੀ ਸਾਡੀ ਕੱਲਿਆਂ ਦੀ ਸਰਕਾਰ ਬਣੋ ਠੀਕ ਹੈ ਸਰਕਾਰ ਬਣੀ ਨਾ ਇਸੇ ਤਰ੍ਹਾਂ ਪੰਜਾਬ 'ਚ ਜੇ ਇਸ ਕੱਲੇ ਚੱਲ ਗਏ ਥੋੜਾ ਸਮਾਂ ਲੱਗਦਾ ਸਾਡੀ ਸਰਕਾਰ ਬਣ ਜਾਣੀ ਔਰ ਲੋਕਾਂ ਕੋਲ ਵੀ ਹੋਰ ਕੋਈ ਆਲਟਰਨੇਟ ਨਹੀਂ ਹੈ ਉਹਨਾਂ ਨੇ ਅਕਾਲੀ ਦਲ ਦੇਖ ਲਿਆ ਉਹਦੇ ਤੋਂ ਨਰਾਜ-ਨਰਾਸ਼ ਹੋਏ ਫਿਰ ਉਹਨਾਂ ਨੇ ਕਾਂਗਰਸ ਦੇਖ ਲਈ ਉਹਦੇ ਤੋਂ ਨਰਾਜ-ਨਰਾਸ਼ ਹੋਏ ਹੁਣ ਆ ਬਦਲਾਅ ਬਹੁਤ ਵਧੀਆ ਰੰਗਲਾ ਪੰਜਾਬ ਦੇਖ ਲਿਆ ਇੱਕ ਖੂਨੀ ਪੰਜਾਬ ਬਣ ਰਿਹਾ ਤਾਂ ਹੁਣ ਇੰਨਾ ਤੁਸੀਂ ਜਾਂਦੇ ਹੋਵੋਗੇ ਜਦੋਂ ਵੀ ਕਦੇ ਕੋਈ ਕਤਲਗਾਰਤ ਹੁੰਦੀ ਹੈ ਜੇ ਗੈਂਗਸਟਰਾਂ ਦਾ ਕੋਈ ਕਾਰਵਾਈ ਹੁੰਦੀ ਹੈ ਲੋਕ ਕੀ ਕਹਿੰਦੇ ਆ ਕਿ ਸੱਚ ਦਾ ਯੋਗੀ ਚਾਹੀਦਾ ਅਰੇ મોદી ਨਹੀਂ ਲਿਆਓਗੇ ਤਾਂ ਯੋਗੀ ਕਿੱਥੋਂ ਆਜੋ ਇਸ ਕਰਕੇ ਬੀਜਪੀ ਦੀ ਜੂਰਟਸ ਮਹਿਸੂਸ ਹੋਣ ਲੱਗ। ਗਰੀਵਾਲ ਸਾਹਿਬ ਤੁਸੀਂ ਇਸ ਲਾਚਾਰੀ ਦੇ ਵਿੱਚੋਂ ਦੇਖ ਰਹੇ ਹੋ ਬੀਜਪੀ ਦਾ ਉਥਾਨ ਕਿ ਪੰਜਾਬ ਦੇ ਵਿੱਚ ਲੋਕਾਂ ਕੋਲ ਅਲਟਰਨੇਟਿਵ ਨਹੀਂ ਬਚੂਗਾ ਤੇ ਲੋਕ ਤੁਹਾਨੂੰ ਚੁਣ ਲੈਣਗੇ ਤੁਹਾਨੂੰ ਇਦਾਂ ਲੱਗਦਾ ਕਿ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਨੇ ਮਿਕਸ ਹੁੰਦੀਆਂ ਨੇ ਬੀਜਪੀ ਦਾ ਆਗਾਜ਼ ਆ ਤੁਸੀਂ ਹੁਣ ਦੇਖਿਓ ਸਾਨੂੰ ਕੇਂਦਰ ਚ ਵੀ ਜਿੰਨੀਆਂ ਸੀਟਾਂ ਅੱਜ ਨੇ ਇਹਦੇ ਤੋਂ 350 ਤੋਂ 400 ਦੇ ਵਿੱਚ ਆਉਣੀਆਂ ਨੇ ਕਿਤੇ ਠੀਕ ਹੈ ਮੋਦੀ ਜੀ ਦਾ ਕਰੀਅਰ ਜਿਵੇਂ ਅਸੀਂ ਸਾਰੀਆਂ ਸਟੇਟਾਂ ਜਿੱਤੇ ਆਂ ਕਈ-ਕਈ ਵਾਰ ਜਿੱਤ ਰਹੇ ਆਂ ਹਾਂ ਜੀ ਹਰਖੇ ਵੀ ਜਿੱਤ ਰਹੇ ਆ ਮੱਧ ਪ੍ਰਦੇਸ਼ ਚ ਬਾਰ ਬਾਰ ਜਿੱਤ ਰਹੇ ਆ ਕਿਉਂ ਜਿੱਤ ਰਹੇ ਆ ਐਂਟੀਨਕੰਮੈਂਸੀ ਵੀ ਹੁੰਦਾ ਹੀ ਆ ਹਰ ਕਿਸੇ ਦਾ ਹੁੰਦਾ ਪਰ ਡਿਊ ਟੂ ਮੋਦੀ ਜੀ ਉਹ ਐਂਟੀਨਕੰਮੈਂਸੀ ਨੇ ਸਾਡੇ ਸਾਨੂੰ ਪ੍ਰਭਾਵਿਤ ਨਹੀਂ ਕੀਤਾ ਉੱਥੇ ਜਿਆਦਾ ਬਹੁਤ ਮਤ ਮਿਲ ਗਿਆ ਦੋ ਤਿੰਨ ਹੀ ਤੇ ਚਲੇ ਗਏ ਸੀ ਮੱਧ ਪ੍ਰਦੇਸ਼ ਚ ਤਾਂ ਇਸ ਕਰਕੇ ਇਹ ਮੋਦੀ ਜੀ ਦਾ ਕ੍ਰੇਜ਼ ਵੀ ਚੱਲਣਾ ਔਰ ਮੋਦੀ ਜੀ ਦੀ ਸਰਕਾਰ ਆ ਗਈ ਉਸ ਵਾਰ 27 ਦੇ ਲਈ ਤਾਂ ਲੋਗਾ ਨੇ ਆਪਣੇ ਆਪ ਹੀ ਚਲਦਾ ਕਰੀਵਾਲ ਸਾਹਿਬ ਉਹ ਕ੍ਰੇਜ਼ ਪੰਜਾਬ ਚ ਆ ਕੇ ਮਠਾ ਕਿਉਂ ਪੈ ਜਾਂਦਾ ਕਿਉਂਕਿ ਦੇਖਣ ਨੂੰ ਮਿਲਦਾ ਕਿ ਬਾਕੀ ਸੂਬਿਆਂ ਦੇ ਵਿੱਚ ਮੋਤੀ ਸਾਹਿਬ ਦਾ ਕ੍ਰੇਜ਼ ਜਾਂ ਅਮੀਸ਼ਾ ਦੀ ਜਿਹੜੇ ਚਣੱਕੇ ਵਾਲੀ ਨੀਤੀ ਹੁੰਦੀ ਹੈ ਉਹ ਕੰਮ ਕਰ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਨਹੀਂ ਉਸ ਤਰ੍ਹਾਂ ਕੰਮ ਕਰਦੀ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਤੁਸੀਂ ਕੀ ਨਵਾਂ ਕਰੋਗੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਲੋਕ ਕਹਿੰਦੇ ਕਿ ਉਸ ਤਰੀਕੇ ਨਾਲ ਨਹੀਂ ਚੱਲਦਾ ਜਿਸ ਤਰ੍ਹਾਂ ਬਾਕੀ ਸਾਰਾ ਦੇਸ਼ ਚੱਲਦਾ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਪੰਜਾਬ ਚ ਕੀ ਸੀਗਾ ਕਿ ਅਕਾਲੀ ਦਲ ਤੋਂ ਲੋਕ ਨਰਾਸ਼ ਤਨਰਾਸ਼ ਸੀ ਕਾਂਗਰਸ ਤੋਂ ਹੋ ਗਏ ਸਾਡਾ ਉਸ ਵੇਲੇ ਕਿਸਾਨ ਆंदोलਨ ਦੀ ਵਜ੍ਹਾ ਕਰਕੇ ਵਰਕਰਾਂ ਦੀ ਮਾਰਕਟਾਈ ਕਰਦੇ ਸੀ ਉਹਨਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੰਦੇ ਸੀ ਉਹਨਾਂ ਦੇ ਕਾਰੋਬਾਰ ਬੰਦ ਕਰਾਉਂਦੇ ਸੀ ਇਸ ਕਰਕੇ ਸੀ ਮੈਦਾਨ ਚ ਨਹੀਂ ਸੀਗੇ ਮੈਦਾਨ ਚ ਸੀ ਆਮ ਆਦਮੀ ਪਾਰਟੀ ਜਿੰਨੀ ਸੀਗੀ ਉਹਦਾ ਕੋਈ ਕੈਡਰ ਨਹੀਂ ਅੱਜ ਵੀ ਨਹੀਂ ਹੈ ਪੂਰਾ ਤੇ ਉਹ ਆਮ ਆਦਮੀ ਪਾਰਟੀ ਇਸ ਕਰਕੇ ਆ ਗਈ ਕਿ ਉਹ ਬਦਲ ਚਾਹੀਦਾ ਸੀ ਲੋਕਾਂ ਨੂੰ ਉਹ ਬਦਲਾਵ ਆ ਗਿਆ ਹੁਣ ਉਹ ਬਦਲਾਵ ਦੇਖ ਲਿਆ ਉਹਨਾਂ ਨੇ ਇਹ ਰੰਗਲਾ ਪੰਜਾਬ ਬਣਾਉਂਦੇ ਸੀ ਉਹ ਵੀ ਦੇਖ ਲਿਆ ਝੂਠ ਦੇਖ ਲਿਆ ਇਹਨਾਂ ਦਾ ਫਰੇਵ ਦੇਖ ਲਿਆ ਇਹਨਾਂ ਦਾ ਹੁਣ ਉਹਨਾਂ ਕੋਲ ਬੀਜੇਪੀ ਤੋਂ ਬਿਨਾ ਕੋਈ ਚਾਰਾ ਜੋ ਹੀ ਨਹੀਂ ਰਹਿੰਦੀ ਐ ਕਿਉਂਕਿ ਬੀਜੇਪੀ ਹੀ ਨਹੀਂ ਦੇਖੀ ਐ ਪੰਜਾਬ 'ਚ ਬਾਕੀ ਦਾ ਸਭ ਦੇਖ ਲਿਆ ਅੱਛਾ ਤੁਸੀਂ ਹੁਣ ਛੋਟੇ ਪਾਈ ਦੀ ਭੂਮਿਕਾ ਚਾਹੋਗੇ ਵੱਟੇ ਪਾਈ ਦੀ ਭੂਮਿਕਾ ਚਾਹੋਗੇ ਯਾਬ ਬਰਾਬਰੀ ਦਾ ਦਾਅਵਾ ਤਾਂ ਹੋਏਗਾ ਇਸ ਵਾਰ ਜੇ ਐਲਾਈਂਸ ਹੁੰਦਾ ਤੁਹਾਡਾ ਅਕਾਲੀ ਪਾਜਪਾ ਤਾਂ ਕਿਸੇ ਭੂਮਿਕਾ 'ਚ ਨਹੀਂ ਆਉਣਾ ਅਜੇ ਤੱਕ ਤਾਂ ਇਹ ਝੂਠਾ ਸਾਰਾ ਕਿਹੇ ਭੂਮਿਕਾ ਚਾਹਾਂਗੇ ਅਜੇ ਤੱਕ ਆਲੀਦਾਂ ਦਾ ਆਪਣਾ ਝਗੜਾ ਨਿਵੇੜੇ ਉਹ ਮਾਫੀਆਂ ਮੰਗਣ ਤੇ ਉਹ ਆਪਣੇ ਜਿਹੜੇ ਬਜਰ ਗੁਨਾਹ ਕੀਤੇ ਆ ਉਹਨਾਂ ਨੂੰ ਕਬੂਲ ਕਰ ਰਹੇ ਆ ਹੂਲ ਕਰਕੇ ਮਾਫੀਆਂ ਮੰਗ ਰਹੇ ਆ ਅਬ ਦੇ ਰਸੇ ਲੋਕਾਂ ਨੂੰ ਮਨਾ ਰਹੇ ਆ ਜਿਨ੍ਹਾਂ ਨੂੰ ਬੁਮਾਰਿਤ ਕਰਕੇ ਕੱਢਿਆ ਸੀ ਉਹਨਾਂ ਨੂੰ ਲੈਣ ਦੀ ਕੋਸ਼ਿਸ਼ ਕਰ ਰਹੇ ਆ ਇਹ ਉਹਨਾਂ ਦਾ ਕੰਮ ਆ ਗਰੀਵਾਲ ਸਭ ਤੋਂ ਲੱਗਦਾ ਕਿ ਜਿੱਦਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਮਾਫੀ ਮੰਗੀ ਹੈ ਚਾਹੇ ਉਹ ਹੁਣ ਦੀ ਗੱਲ ਕਰੀਏ ਜਾਂ ਫਿਰ ਜਦੋਂ ਵੱਡੇ ਬਾਦਲ ਸਾਹਿਬ ਦੀ ਅੰਤਮ ਅਰਦਾਸ ਸੀਗੀ ਉਸ ਮੌਕੇ ਵੀ ਉਹਨਾਂ ਨੇ ਇਹ ਮਾਫੀ ਮੰਗੀ ਸੀ ਕਿ ਜੇ ਮੇਰੇ ਤੋਂ ਜਾਂ ਮੇਰੇ ਪਰਿਵਾਰ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਮਾਫ ਕਰਿਓ ਤੁਹਾਨੂੰ ਲੱਗਦਾ ਹੈ ਕਿ ਹੁਣ ਅਕਾਲੀ ਦਲ ਦਾ ਰਿਵਾਈਵਲ ਹੋ ਸਕਦਾ ਇਸ ਮਾਫੀ ਨਾਮੇ ਤੋਂ ਬਾਅਦ ਨਹੀਂ ਜਿਹੜੀਆਂ ਗੱਲਾਂ ਉਹ ਕਹਿੰਦੇ ਨੇ ਨਾ ਕਿ ਸਾਲੇ ਰਾਤ ਚ ਪੰਥਕ ਸਰਕਾਰ ਸੀ ਬੇਅਦਮੀਆਂ ਹੋਈਆਂ ਹੁਣ ਅਸੀਂ ਦੁਬਾਰਾ ਆਵਾਂਗੇ ਤਾਂ ਸਜ਼ਾਵਾ ਦੇਵਾਂਗੇ ਇਹੀ ਗੱਲ ਕਹਿ ਕੇ ਇਹ ਸੱਤਾ ਚਾਹੀ ਸੀ ਕਾਂਗਰਸ ਇਹੀ ਗੱਲ ਕਹਿ ਕੇ ਆਮ ਆਦਮੀ ਪਾਰਟੀ ਆਈ ਕਿ ਅਸੀਂ ਬੇਅਦਮੀਆਂ ਦੀਆਂ ਸਜ਼ਾਵਾ ਦੇਵਾਂਗੇ ਸਜ਼ਾ ਕਿਸੇ ਨੇ ਨਹੀਂ ਦੇਣੀ ਕਿਉਂਕਿ ਜਦੋਂ ਸੁਖਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਰਹੇ ਨੇ ਉਹਨਾਂ ਨੂੰ ਪਤਾ ਕਿ ਜਦੋਂ ਲੰਬਾ ਟਾਈਮ ਹੋ ਜਾਂਦਾ ਕਿਸੇ ਵੀ ਕ੍ਰਾਈਮ ਕਮਿਟ ਹੋਏ ਨੂੰ ਉਸ ਦੇ ਸਬੂਤ ਨਸ਼ਟ ਹੋ ਜਾਂਦੇ ਉਹਦੀ ਸਜ਼ਾ ਨਹੀਂ ਹੁੰਦੀ ਇਨਸਾਫ ਨਹੀਂ ਮਿਲਦਾ ਇਸੇ ਕਰਕੇ 84 ਵਾਲਾ ਨਾ ਮਿਲ ਰਿਹਾ ਮੋਦੀ ਜੀ بار بار ਸੈਟ ਬਣਾਉਂਦੇ ਆ ਫਿਰ ਉਹਨਾਂ ਦੇ ਮੁਕਾਦਮੇ ਕਰ ਦਿੰਦੇ ਆ ਸਚਨ ਕੁਮਾਰ ਜੇਲ ਚਲਾ ਗਿਆ ਹੋਰ ਚਲਾ ਗਿਆ ਸਿੰਬੋਲਿਕ ਇਨਸਾਫ ਮਿਲ ਰਿਹਾ 100% ਨਹੀਂ ਮਿਲ ਪਾਰਿਆ ਉਹ ਕਿਉਂ ਕਿਉਂਕਿ 40 40 ਸਾਲ ਹੋ ਗਏ ਜਿਆਦਾ ਟਾਈਮ ਹੋ ਗਿਆ ਤੇ ਹੁਣ ਇਸੇ ਤਰ੍ਹਾਂ ਹੀ ਇਹ ਆ ਇਹਦੇ 'ਚ ਕੋਈ ਇਨਸਾਫ ਮਿਲਣ ਦੀ ਉਮੀਦ ਨਹੀਂ ਹੈ ਔਰ ਇਹ ਕਹਿਣ ਦੀਆਂ ਗੱਲਾਂ ਨੇ ਇਹ ਲੋਕ ਵੀ ਸਮਝਦੇ ਆ ਸਾਰੇ ਲੋਕ ਸਮਝਦੇ ਆ ਜਿਹੜੇ ਕਾਨੂੰਨ ਨੂੰ ਜਾਣਦੇ ਆ ਤੇ ਮੈਂ ਇਹ ਸਮਝਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਅ ਬੇਤਰੀ ਇਹ ਹੀ ਆ ਕਿ ਅਕਾਲੀ ਦਲ ਨੂੰ ਜਿਸ ਤਰ੍ਹਾਂ ਚਲਾ ਰਹੇ ਚਲਾਉਂਦੇ ਰਹਿਣ ਸਬਰ ਰੱਖਣ ਥੋੜਾ ਤੇ ਜਨਤਾ ਤੋਂ ਮਾਫੀ ਮੰਗਦੇ ਰਹਿਣ ਪਰ ਸਮਾਂ ਜਿਹੜਾ ਅੱਗੇ ਬੀਜਪੀ ਦਾ ਹਰਜੀਤ ਸਿੰਘ ਗਰੇਵਾਲ ਨੂੰ ਤੁਸੀਂ ਸੁਣਿਆ ਕਿਸ ਹਿਸਾਬ ਦੇ ਨਾਲ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਪਰ ਇੱਕ ਗੱਲ ਇੱਥੇ ਜ਼ਰੂਰ ਹੈ ਕਿ ਇਸ ਵੇਲੇ ਭਾਵੇਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਹੋਣ ਚਾਹੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਸਿਆਸੀ ਪਾਰਟੀਆਂ ਹੁਣੀ ਜ਼ਮੀਨ ਤਿਆਰ ਕਰਨ ਲੱਗ ਪਈਆਂ ਨੇ 2027 ਲਈ ਤੇ 2024 ਦੇ ਵਿੱਚ ਵੀ ਬਹੁਤ ਕੁਝ ਬਦਲਣ ਦੀ ਸੰਭਾਵਨਾ। ਭਾਜਪਾ ਪਾਰਟੀ ਜਿ세 ਹਸਾਬ ਦੇ ਨਾਲ ਤਿੰਨ ਸੂਬਿਆਂ ਦੇ ਵਿੱਚ ਸਰਕਾਰ ਬਣਾਉਣ 'ਚ ਕੰਮ ਜੱਭ ਰਹੀ ਐ ਤੇ ਉਹ ਵੀ ਵੱਡੇ ਪੱਧਰ ਤੇ ਸਿਆਸਤਦਾਨਾਂ ਨੂੰ ਨਾਲ ਰੱਖ ਕੇ ਐਮਐਲਏ ਨੂੰ ਨਾਲ ਜੋੜ ਕੇ ਇੱਥੋਂ 2024 ਦੇ ਆਉਣ ਵਾਲੇ ਸਮੇਂ ਦੇ ਸੰਕੇਤ ਕੁਝ ਵੱਖਰੇ ਹੀ ਦਿਖਾਈ ਦੇ ਰਹੇ ਨੇ ਪਰ ਇਹਨਾ ਜ਼ਰੂਰ ਐ ਕਿ ਇਸ ਵੇਲੇ ਜਿਸ ਹਿਸਾਬ ਦੇ ਨਾਲ ਗਰੇਵਾਲ ਸਾਹਿਬ ਨੇ ਕਹਿ ਦਿੱਤਾ ਕਿ ਕੋਈ ਗੱਠ ਜੋੜਨੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੇ ਨਾਲ ਹੀ ਇੰਡੀਆ ਗੱਠ ਜੋੜ ਦੀ ਗੱਲ ਵੀ ਕਰ ਦਿੱਤੀ ਕਿ ਪੱਲੇ ਤਾਂ ਕੁਝ ਹੈ ਨਹੀਂਗਾ ਇਹ ਸਾਰੀਆਂ ਗੱਲਾਂ ਸਿਆਸਤ ਦੇ ਵਿੱਚ ਆਹੇ ਸਿਆਸੀ ਬਿਆਨਬਾਜ਼ੀ ਸਮਝ ਲਿਏ ਚਾਹੇ ਰਾਜਨੀਤੀ ਤੌਰ ਤੇ ਦਿੱਤੇ ਹੋਏ ਬਿਆਨ ਸਮਝ ਲਿਏ ਵੈਸੇ ਜਿਹੜਾ ਉਹਨਾਂ ਨੇ ਦਾਵਾ ਕੀਤਾ ਨਾ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਆਵੇਗੀ ਚਲੋ ਦੇਖਦੇ ਹਾਂ 2027 ਵੀ ਥੋੜਾ ਸਮਾਂ ਰਹਿ ਗਿਆ ਆ ਜਾਏਗਾ ਕਿਸ ਹੱਬ ਨਾਲ ਸਰਕਾਰ ਕਦੀ ਬਣਦੀ ਹੈ ਦੇਖਿਆ ਜਾਵੇਗਾ ਸਿਆਸਤਦਾਨ ਪਹਿਲੇ ਵਾਅਦੇ ਦਾਅਵੇ ਕਰਦੇ ਹੁੰਦੇ ਆ ਇਹਨਾਂ ਵਾਅਦੇ ਦਾਅਵਿਆਂ ਦੀ ਜਦੋਂ ਗੱਲ ਕਰਦੇ ਪਏ ਆ ਤੇ ਗੱਲ ਐਸਵਾਈਐਲ ਦੀ ਕਰਨੀ ਵੀ ਜ਼ਰੂਰ ਬਣਦੀ ਹੈ ਐਸਵਾਈਐਲ ਉਹ ਮਸਲਾ ਜੋ 1980 ਤੋਂ ਬਾਅਦ ਅਜੇ ਤੱਕ ਹੱਲ ਨਹੀਂ ਹੋਇਆ ਜਿਹਨੂੰ ਹੱਲ ਕਰਨ ਦੇ ਯਤਨ ਤਾਂ ਕੀਤੇ ਜਾ ਰਹੇ ਨੇ ਉਹ ਕਹਿ ਲਈਏ ਕਿ ਕਿਤਾਬ ਦੇ ਉਸ ਵਰਕੇ ਦੀ ਤਰ੍ਹਾਂ ਜਿਹਨੂੰ ਸਿਰਫ ਫਰੋਲਿਆ ਜਾ ਰਿਹਾ ਪੜਿਆ ਨਹੀਂ ਜਾ ਰਿਹਾ ਕਿਤਾਬ ਦੇ ਵਿੱਚ ਕੀ ਲਿਖਿਆ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ بس ਇਹਨਾਂ ਜ਼ਰੂਰ ਹੈ ਪਹਿਲੇ ਪੰਨੇ ਤੋਂ ਲੈ ਕੇ ਅਖੀਰਲੇ ਪੰਨੇ ਤੱਕ ਕਿਤਾਬ ਦੇ ਵਰਕਿਆਂ ਨੂੰ ਫੋਲਿਆ ਜਾ ਰਿਹਾ ਹੈ ਐਸਵਾਈਐਲ ਦਾ ਮਸਲਾ ਠੀਕ ਉਹਨਾਂ ਪੰਨਿਆਂ ਦੇ ਵਰਗ ਹੈ ਗੱਭੀਤਾ ਨਾ ਦੇਖਿਆ ਨਹੀਂ ਜਾ ਰਿਹਾ ਕਿ ਕੀ ਹੱਲ ਨਿਕਲ ਸਕਦਾ ਕੀ ਜੇਕਰ ਚਾਰਦਾ ਜਮਨਾ ਲਿੰਕ ਨਹਿਰ ਦਾ ਜ਼ਿਕਰ ਕਰਦੇ ਪਏ ਆ ਉਹ ਬਣ ਜਾਂਦੀ ਹੈ ਤੇ ਫਿਰ ਕੀ ਸਾਰਾ ਕੁਝ ਠੀਕ ਹੋ ਜਾਂਦਾ ਗਲਤ ਚੱਲਦੀ ਹੈ ਬਹੁਤ ਸਾਰੇ ਸਿਆਸਤਦਾਨ ਬਹੁਤ ਸਾਰੇ ਮਾਹਰ ਇਤੇ ਚਿੰਤਾ ਪ੍ਰਗਟ ਕਰ ਰਹੇ ਪਰ ਸਿਆਸਤਦਾਨ ਕਿਉਂ ਨਹੀਂ ਜੇਕਰ ਉੱਤਰਾਖੰਡ ਤੋਂ ਗੱਲ ਨਿਕਲਦੀ ਜੂਪੀ ਵਿੱਚ ਦਿੱਲੀ ਪੰਜਾਬ ਹਰਿਆਣਾ ਰਾਜਸਥਾਨ ਸਾਰਿਆਂ ਦਾ ਮਸਲਾ ਹੱਲ ਹੁੰਦਾ ਤੇ ਵਿਚਾਰਾਂ ਕਿਉਂ ਨਹੀਂ ਕੀਤੀਆਂ ਜਾਂਦੀਆਂ ਸਵਾਲ ਹੈ ਹੁਣ ਕਹਿੰਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਸਰੇ ਪਾਸੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਉਣ ਵਾਲੇ ਦਿਨਾਂ ਦੇ ਦੌਰਾਨ ਇਸ ਸਬੰਧੀ ਇੱਕ ਮੀਟਿੰਗ ਕਰਨਗੇ ਤੇ ਮੀਟਿੰਗ ਕਰਾਉਣਗੇ ਗਜਿੰਦਰ ਸਿੰਘ ਸ਼ਿਖਾਵਤ ਕੇਂਦਰੀ ਮੰਤਰੀ ਨੇ ਜਲ ਸਰੋਤ ਮੰਤਰੀ ਪਹਿਲਾਂ ਵੀ ਤਿੰਨ ਮੀਟਿੰਗਾਂ ਹੋਈਆਂ ਕਿਸੇ ਵੇਲੇ ਭਗਵੰਤ ਮਾਨ ਸਾਹਿਬ ਖੱਬੇ ਪਾਸੇ ਸੀ ਉਹ ਸੱਜੇ ਪਾਸੇ ਸੀ ਕਦੇ ਵਿਚਾਰ ਬੈਠੇ ਹੁੰਦੇ ਨੇ ਕਦੇ ਇੱਧਰ ਉੱਧਰ ਪੋਰਸੀਆਂ ਬਦਲਣ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਵੈਸੇ ਤਾਂ ਸਾਡੇ ਦੇਸ਼ ਦੇ ਵਿੱਚ ਘਰਵਾਇਦੀ ਚਲਪੀ ਆ ਨਾ ਕਿ ਹਰ ਇੱਕ ਚੀਜ਼ ਦਾ ਨਾਮ ਬਦਲ ਦੋ। ਇੱਥੇ ਦੇਸ਼ ਦਾ ਨਾਮ ਬਦਲਣ ਨੂੰ ਫਿਰਦੇ ਆ ਕਿ ਮਸਲੇ ਹੱਲ ਹੋ ਜਾਣਗੇ? ਨਹੀਂ। ਇਸੇ ਤਰ੍ਹਾਂ ਪਾਣੀ ਦਾ ਮਸਲਾ ਜਿਹੜਾ ਇਹ ਬੈਠ ਕੇ ਹੱਲ ਹੋਣਾ। ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਉਹ ਨਹੀਂਗੇ ਜੋ 1970, 80, 90 ਦੇ ਹੋਇਆ ਕਰਦੇ ਸੀ। ਪੰਜਾਬ ਦੇ ਵਿੱਚ ਇਸ ਵੇਲੇ 300 ਤੋਂ ਵੱਧ ਉਹ ਡਾਰਕ ਜ਼ੋਨ ਨੇ ਜਿੱਥੇ ਪਾਣੀ ਖਤਮ ਹੀ ਹੋ ਚਲਿਆ। ਅੱਧੇ ਤੋਂ ਵੱਧ ਪੰਜਾਬ ਦੇ ਧਰਤੀ ਹੇਠਲਾ ਪਾਣੀ ਪੀਲਾ ਹੋਇਆ। ਅੱਧੇ ਤੋਂ ਵੱਧ ਧਰਤੀ ਹੇਠਲਾ ਪਾਣੀ 500 ਫੁੱਟ ਤੋਂ ਥੱਲੇ ਹੋਰ ਪਹੁੰਚ ਗਿਆ ਤੇ ਅਸੀਂ ਕਿਹੜਾ ਪਾਣੀ ਦੇ ਦਈਏ ਰਾਜਸਥਾਨ ਨੂੰ ਪਾਣੀ ਜਾਂਦਾ ਉਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਜਾ ਰਹੀਆਂ ਸਾਡੇ ਕੋਲ ਜੋ ਹੈ ਨੀਗਾ ਅਸੀਂ ਉਹਦੇ ਪਿੱਛੇ ਭੱਜਦੇ ਪਏ ਆ ਜੋ ਸਾਡੇ ਕੋਲ ਹੈਗਾ ਉਹਦੇ ਬਾਰੇ ਵਿਚਾਰਾ ਨਹੀਂ ਕਰਦੇ ਪਏ ਐਸਵਾਈਐਲ ਦਾ ਮਸਲਾ ਠੀਕ ਉਸ ਲਟਕਦੇ ਮਸਲੇ ਦੀ ਤਰ੍ਹਾਂ ਜਿਹਦਾ ਹੱਲ ਹੁੰਦਾ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਆਉਣ ਵਾਲੇ ਦਿਨਾਂ ਦੇ ਦੌਰਾਨ ਕੋਈ ਵੱਖਰਾ ਰਾਹ ਕੱਢ ਲਿਆ ਜਾਵੇ ਤਾਂ ਗੱਲ ਹੋ ਸਕਦਾ ਠੀਕ ਹੋ ਜਵੇ ਪਰ ਉਹਦੀ ਸੰਭਾਵਨਾ ਬਹੁਤ ਘੱਟ ਲੱਗਦੀ ਪਈ ਹੈ ਜੇਕਰ ਪਾਣੀ ਦਾ ਮਸਲਾ ਪੰਜਾਬ ਦਾ ਹੱਲ ਹੋ ਜੇ ਹਰਿਆਣਾ ਦਾ ਹੋ ਜੇ ਰਾਜਸਥਾਨ ਦਾ ਹੋ ਜੇ ਯੂਪੀ ਦਿੱਲੀ ਦਾ ਹੋ ਜੇ ਤਾਂ ਗੱਲ ਹੀ ਕੀ ਦੀ ਰਹਿ ਗਈ ਹੈ ਵੱਡੀ ਗੱਲ ਤੇ ਇਹ ਹੈ ਨਾ ਵਿਗਿਆਨੀ ਜਿਹੜੀ ਗੱਲ ਕਹਿ ਰਹੇ 2029 ਤੱਕ ਪਾਣੀ ਧਰਤੀ 헤ਡਲਾ ਪੰਜਾਬ ਚ ਸੁੱਕ ਸਕਦਾ ਕੁਝ ਇਲਾਕਿਆਂ ਚ ਚਿੰਤਾ ਦੀ ਗੱਲ ਤਾਂ ਇਹ ਹੈ ਪਿੰਡਜੋਗ ਪਾਣੀ ਸਾਡੇ ਕੋ ਨਹੀਂ ਪਛਤਾ ਪਿਆ ਅਸੀਂ ਦਾ ਸੁੱਲ ਕੁ 4% ਦੀ ਪਾਣੀ ਸਰਵਾ ਸਾਡੇ ਕੋ ਪਿੰਡਜੋਗ ਤੇ ਉਹਦੇ ਵਿੱਚੋਂ ਵੀ ਅਸੀਂ ਅੱਧੇ ਤੋਂ ਵੱਧ ਖਰਾਬ ਕਰ ਰਹੇ ਆ ਵਿਚਾਰਾਂ ਤਾਂ ਸਾਨੂੰ ਉੱਤੇ ਕਰਨ ਦੀ ਜ਼ਰੂਰਤ ਹੈ ਇਹ ਉਹ ਸਿਆਸਤਦਾਨ ਨੇ ਜਿਨ੍ਹਾਂ ਨੇ ਐਸਵਾਈਐਲ ਦੇ ਮੁੱਦੇ ਤੇ ਰੱਜ ਕੇ ਸਿਆਸਤ ਕਰਨੀ ਹੈ ਪਰ ਪਾਣੀਆਂ ਦੇ ਮੁੱਦੇ ਤੇ ਕਦੀ ਕਿਸੇ ਨੇ ਕੋਈ ਵੀ ਧਰਨਾ ਨਹੀਂ ਲਾਉਣਾ ਪਾਣੀਆਂ ਦੇ ਮੁੱਦੇ ਤੇ ਕਦੀ ਕਿਸੇ ਨੇ ਬੈਠ ਕੇ ਗੱਲਬਾਤ ਨਹੀਂ ਕਰਨੀ ਤੇ ਐਸਵਾਈਐਲ ਦਾ ਮਸਲਾ ਆਉਣ ਵਾਲੇ ਦਿਨਾਂ 'ਚ ਮੀਟਿੰਗ ਹੋਣੀ ਹੈ ਦੇਖਦੇ ਹਾਂ ਉਹਦਾ ਕੀ ਹੱਲ ਨਿਕਲਦਾ ਪਰ ਸੰਭਾਵਨਾ ਫਿਰ ਬਹੁਤ ਘੱਟ ਲੱਗਦੀ ਪਈ ਹੈ ਕਿ ਇਸ ਵਾਰ ਵੀ ਕੋਈ ਹੱਲ ਨਿਕਲੇਗਾ ਰਿਕਾਰਡ ਦੇ ਵਿੱਚ ਜਮਾ ਹੋ ਜੇਣਾ ਕਿ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਤੇ ਉਧਰਲੇ ਪਾਸੇ ਦਿੱਲੀੋਂ ਕੇਂਦਰੀ ਮੰਤਰੀ ਐਸੁਰਾ ਨੇ ਮੀਟਿੰਗ ਕਰਾਤੀ ਆ ਇਹੇ ਹੱਲ ਸੁਪਰੀਮ ਕੋਰਟ ਵਿੱਚ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿਖਰਲੀ ਅਦਾਲਤ ਵਿੱਚ ਵੀ ਕੀ ਕਿਹਾ ਗਿਆ कि ਦੋਹੇ ਸੂਬੇ ਬੈ ਕੇ ਵਿਚਾਰਾਂ ਕਰਨ ਤੇ ਸੂਬੇ ਦਾ ਪੰਜ ਵਾਰ ਪਹਿਲਾਂ ਵੀ ਬੈਠ ਚੁੱਕੇ ਆ ਜੇਕਰ ਹੱਲ ਨਿਕਲਦਾ ਹੁੰਦਾ ਤੇ ਪਹਿਲਾਂ ਵੀ ਹੋ ਸਕਦਾ ਸੀ ਹਾਂ ਪਿਆਰਕ ਤਰੀਕੇ ਨਾਲ ਸਤਕਾਰਕ ਤਰੀਕੇ ਨਾਲ ਜੇਕਰ ਕੋਈ ਹੱਲ ਨਿਕਲਦਾ ਤੇ ਕੱਟ ਲੈਣਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਦੌਰਾਨ ਇਹ ਮਸਲਾ ਇਸੇ ਤਰ੍ਹਾਂ ਹੀ ਲਟਕਦਾ ਰਹਿ ਸਕਦਾ ਮਸਲੇ ਦਾ ਬਹੁਤ ਸਾਰੇ ਲਟਕਦੇ ਨੇ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਇੱਕ ਔਰਤ ਜੱਜ ਦਾ ਹੁਣ ਉਹ ਔਰਤ ਜੱਜ ਜਿਹੜੇ ਲੋਕਾਂ ਨੂੰ ਤਾਂ ਇਨਸਾਫ ਦਿੰਦੇ ਸੀ ਪਰ ਆਪ ਇਨਸਾਫ ਲਈ ਭਟਕਣਾ ਪੈ ਰਹਾ ਕਿਉਂ ਆਖਰ ਕੀ ਕਰਨੇ ਭਾਰਤ ਦੇ ਵਿੱਚ ਬਹੁਤ ਸਾਰੇ ਵੈਸੇ ਤੇ ਇਸ ਤਰ੍ਹਾਂ ਦੇ ਕੇਸ ਐ ਜਿਨ੍ਹਾਂ ਦੇ ਵਿੱਚ ਅਜੇ ਵੀ ਪੀੜਤ ਪਰਿਵਾਰ ਉਹਨਾਂ ਕੇਸਾਂ ਨੂੰ ਚੱਲਦੇ ਪਏ ਆ ਲੰਬਾ ਸਮਾਂ ਹੋ ਗਿਆ ਅੰਗਰੇਜ਼ਾਂ ਦੇ ਸਮੇਂ ਦੇ ਕੇਸ ਚੱਲਦੇ ਪਏ ਆ ਕੁਝ ਕੇਸ ਇਸ ਤਰ੍ਹਾਂ ਦੇ ਨੇ ਜਿਹੜੀ ਛੇਵੀਂ ਪੀੜ੍ਹੀ ਪਰਿਵਾਰ ਦੀ ਭੁਗਤ ਰਹੀ ਹੈ ਤਰੀਕਾ ਹੱਲ ਨਹੀਂ ਹੋ ਰਿਹਾ ਹੱਲ ਹੋਣਾ ਕਿ ਨਹੀਂ ਕਿਹਾ ਨਹੀਂ ਜਾ ਸਕਦਾ ਵੈਸੇ ਸਾਡੇ ਦੇਸ਼ ਦੇ ਵਿੱਚ ਜਦੋਂ 2014 ਦੇ ਵਿੱਚ ਕੇਂਦਰ ਚ ਸਰਕਾਰ ਬਣੀ ਦਾ ਉਸ ਵੇਲੇ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਹੁਰਾ ਨੇ ਇਹ ਗੱਲ ਕਹੀ ਸੀ ਕਿ ਅਸੀਂ ਫਾਸਟ ਟਰੈਕ ਅਦਾਲਤਾਂ ਬਣਾਵਾਂਗੇ ਕੇਸਾਂ ਦਾ ਹੱਲ ਬਹੁਤ ਜਲਦੀ ਜਲਦੀ ਹੋ ਜਾਏਗਾ ਅੱਜ ਕਿੰਨੀਆਂ ਫਾਸਟ ਟਰੈਕ ਅਦਾਲਤਾਂ ਬਣੀਆਂ ਕਿੰਨੇ ਕੇਸ ਜਲਦੀ ਹੋਣ ਲੱਪੇ ਹਾਂ ਕੁਝ ਕੇਸਾਂ ਦੇ ਵਿੱਚ ਬਹੁਤ ਜਲਦੀ ਕੰਮ ਕੀਤਾ ਵੀ ਗਿਆ ਕਾਰਵਾਈ ਅੱਗੇ ਵੱਲ ਵਧੀ ਵੀ ਪਰ ਜੇਕਰ ਕਰੀਏ ਪੂਰੇ ਮੁਲਕ ਦੇ ਵਿੱਚ ਕੇਸ 4.5 ਲੱਖ ਤੋਂ ਵੱਧ ਕੇਸ ਪੈਂਡਿੰਗ ਨੇ ਡਿਸਟ੍ਰਿਕਟ ਕੋਰਟ ਵਿੱਚ ਕਿੰਨੇ ਕੇਸ ਪੈਂਡਿੰਗ ਹੋਣਗੇ ਦੇਖਣ ਵਾਲੀ ਗੱਲ ਹੈ ਲੱਖਾਂ ਕੇਸ ਅਜੇ ਤੱਕ ਲਟਕਦੇ ਆ ਰਹੇ ਨੇ ਜਿਨ੍ਹਾਂ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੁਣ ਜਦੋਂ ਜੱਜ ਸੇਬਾਨ ਦੀ ਗੱਲ ਕਰਦੇ ਪਏ ਆ ਇਸ ਮਹਿਲਾ ਜੱਜ ਨੇ ਚਿੱਠੀ ਲਿਖੀ ਹੈ ਇਸ਼ਾ ਮੌਤ ਦੀ ਇੱਛਾ ਦੀ ਕਿ ਨਹੀਂ ਜੀ ਹੁਣ ਇੱਥੇ ਬਹੁਤ ਕੁਝ ਹੋ ਗਿਆ ਮੇਰੇ ਨਾਲ ਬੜਾ ਤਕਾ ਹੋਇਆ ਮੈਂ ਜੀਣਾ ਨਹੀਂ ਚਾਹੁੰਦੀ ਚੀਫ ਜਸਟਿਸ ਆਫ ਇੰਡੀਆ ਨੂੰ ਇਹ ਚਿੱਠੀ ਲਿਖੀ ਆ ਕਾਰਨ ਕੀ ਸੀਗੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਅਦਾਲਤ ਲੱਗੀ ਆ ਉੱਥੇ ਆ ਕੇ ਕੁਝ ਬੰਦੇ ਤੰਗ ਕਰ ਰਹੇ ਨੇ ਜੱਜ ਨੇ ਉਹ ਵੀ ਇਹ ਕਿਦਾਂ ਦੇ ਹਾਲਾਤ ਬਣ ਗਏ ਨੇ ਇਹਨਾਂ ਨੇ ਇਨਸਾਫ ਦੇਣਾ ਉਹ ਖੁਦ ਇਨਸਾਫ ਦੀ ਡੀਗ ਦੇ ਵਿੱਚ ਭਟਕਦੇ ਪਏ ਹੈ ਹੈਰਾਨ ਕਰ ਦੇ ਮਾਮਲੇ ਨੇ ਭਾਰਤ ਦੇ ਵਿੱਚ ਜੇਕਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਤਾਂ ਅੰਤਰਰਾਸ਼ਟਰੀ ਪੱਧਰ ਤੇ ਜਦੋਂ ਖਬਰਾਂ ਲੱਗਦੀਆਂ ਨੇ ਤੇ ਕਿਰਕਰੀ ਹੁੰਦੀ ਹੈ ਸਾਨੂੰ ਥੋੜਾ ਜਿਹਾ ਸਿਸਟਮ ਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ ਤਾਂ ਕਿ ਇਸ ਮਸਲੇ ਦਾ ਹੱਲ ਕੀਤਾ ਜਾ ਸਕੇ ਗੱਲ ਮਨੀਪੁਰ ਦੀ ਵੀ ਕਰਨੀ ਹੈ ਕਿਉਂਕਿ ਮਨੀਪੁਰ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਸਿਖਰਲੀ ਅਦਾਲਤ ਨੇ ਕਿਹਾ ਕਿ ਜਿਹੜੀਆਂ ਲਾਸ਼ਾਂ ਜਿਨ੍ਹਾਂ ਦਾ ਸੰਸਕਾਰ ਨਹੀਂ ਕੀਤਾ ਗਿਆ ਉਹਨਾਂ ਦਾ ਸੰਸਕਾਰ ਕਰਨਾ ਚਾਹੀਦਾ ਰੌਲਾ ਕਿਉਂ ਪਿਆ ਸੀ ਕੰਮ ਰੁਕਿਆ ਕਿਉਂ ਪਿਆ ਸੀਗਾ ਉਸ ਤੋਂ ਪਹਿਲਾਂ ਜਦੋਂ ਮਨੀਪੁਰ ਦੇ ਵਿੱਚ ਹਿੰਸਾ ਸ਼ੁਰੂ ਹੁੰਦੀ ਹੈ ਇੱਕ ਇੱਕ ਕਰਕੇ ਉੱਥੇ ਕਰਫਿਊ ਲੱਗਣਾ ਸ਼ੁਰੂ ਹੁੰਦਾ ਹੈ ਲੋਕਾਂ ਦੀ ਮੌਤ ਸ਼ੁਰੂ ਹੁੰਦੀ ਹੈ ਇੱਕ ਦਿਨ ਦੀ ਖਬਰ ਆਈ ਦੋ ਆਈਆਂ ਤਿੰਨ ਆਈਆਂ ਕਰਦੇ ਕਰਦੇ ਔਰਤਾਂ ਦੀ ਉਹ ਖਬਰ ਸਾਹਮਣੇ ਆ ਗਈ ਜਿਹਦੇ ਵਿੱਚ ਉਹਨਾਂ ਨੂੰ ਨੰਗਨ ਕਰਕੇ ਘੁਮਾਇਆ ਗਿਆ ਬੜੀ ਕਹਿ ਸਕਦੇ ਹੋ ਉਹ ਵੀਡੀਓ ਇਸ ਤਰ੍ਹਾਂ ਦੀ ਸੀ ਜਿਸ ਨਾਲ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਚੀਫ ਜਸਟਿਸ ਆਫ ਇੰਡੀਆ ਦੇ ਇੱਥੇ ਪ੍ਰਤੀਕਿਰਿਆ ਸਾਹਮਣੇ ਆਈ ਪਰ ਹੱਲ ਕੀ ਹੋਇਆ ਐਨੇ ਦਿਨ ਬੀਤਣ ਦੇ ਬਾਵਜੂਦ ਵੀ ਜਿਹੜੇ ਸਿਆਸੀ ਲੀਡਰਾਂ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ਤੇ ਬੋਲਣਗੇ ਕੁਝ ਤਾਂ ਬੋਲਣਗੇ ਬੋਲੇ ਹੀ ਨਹੀਂ ਜੇਕਰ ਬੋਲੇ ਸਿਰਫ 77 ਸੈਕਿੰਡ ਲਈ ਬੋਲੇ ਸੀ 77 ਦਿਨਾਂ ਬਾਅਦ 77 ਸੈਕਿੰਡ ਲਈ ਬੋਲੇ ਸੀ ਹੁਣ ਉਸ ਮਸਲਾ ਉਹ ਮਸਲਾ ਕਿੰਨਾ ਕੁ ਗੰਭੀਰ ਹੋ ਸਕਦਾ ਪਰ ਸਿਖਰਲੀ ਅਦਾਲਤ ਨੇ ਝਾੜ ਪਾਈ ਸੀ ਕਿ ਜਿਹੜੀਆਂ ਲਾਸ਼ਾਂ ਨੂੰ ਹਸਪਤਾਲਾਂ ਦੇ ਵਿੱਚ ਰੱਖਿਆ ਹੋਇਆ ਪਰਿਵਾਰਕ ਮੈਂਬਰਾਂ ਨੂੰ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਅੱਜ ਕਹਿੰਦੇ ਆ ਕਿ ਉਸ ਮਾਮਲੇ ਦੇ ਵਿੱਚ 62 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਨੇ ਹਾਲਾਂਕਿ ਉਹ 62 ਲਾਸ਼ਾਂ ਜਿਹੜੀਆਂ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਨੇ ਉਹ ਤਾਂ ਹੈਗੀਆਂ ਪਰ ਬਾਕੀ ਅਜੇ ਕਿੰਨੇ ਹੋਰ ਲੋਕ ਸੀ ਜਿਨ੍ਹਾਂ ਦੀ ਮੌਤ ਹੋ ਗਈ ਹੈ ਜਿਹਨਾਂ ਦਾ ਪਤਾ ਹੀ ਨਹੀਂ ਲੱਗਦਾ ਪਿਆ ਪਰਿਵਾਰ ਤੋਂ ਗਏ ਸੀਗੇ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਪਰ ਉਹ ਪਰਿਵਾਰ ਦੇ ਮੈਂਬਰਾਂ ਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਉਹਨਾਂ ਦੇ ਬੱਚੇ ਕਿੱਥੇ ਨੇ ਹੈਗੇ ਵੀ ਇਸ ਦੁਨੀਆ ਤੇ ਜਾਂ ਨਹੀਂ ਹੈਗੇ ਪਰ ਅੱਜ ਮਨੀਪੁਰ ਦੇ ਮਾਮਲੇ ਵਿੱਚ ਬਾਹਰ ਤਲਾਸ਼ਾਂ ਜਿਹੜੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਗਈਆਂ ਸਿਰਫ ਇਸ ਕਰਕੇ ਇਹਨਾਂ ਦਾ ਸੰਸਕਾਰ ਕੀਤਾ ਜਾਵੇ ਕਰਦੇ ਕਰਦੇ ਗੱਲ ਪੰਜਾਬ ਦੀ ਵੀ ਕਰਨੀ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾ ਰਹੇ ਨੇ ਅਰਸ਼ਜੀਤ ਸਿੰਘ ਕਲੇਰ ਹੁਣ ਅਰਸ਼ਦੀਪ ਕਲੇਅਰ ਦੇ ਨਾਲ ਪ੍ਰਾਈਮੇਰੀਆ ਟੀਵੀ ਦੇ ਪ੍ਰਤੀਨਿਧ ਸਿਮਰਨਜੀਤ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿਉਂਕਿ ਮੁੱਦੇ ਪੰਜਾਬ ਦੇ ਵਿੱਚ ਬਹੁਤ ਗੰਭੀਰ ਹੈ ਪੰਜਾਬ ਦੇ ਵਿੱਚ ਇਸ ਵੇਲੇ ਚੇਕਰ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਹੋਰ ਵੀ ਰਾਜਨੀਤਿਕ ਪਾਰਟੀਆਂ ਇਹਨਾਂ ਦੇ ਮਸਲੇ ਆਪਣੇ ਆਪਣੇ ਨੇ ਗੰਭੀਰ ਨੇ ਪਰ ਬਹੁਤ ਸਾਰੇ ਦੋਸ਼ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਲੱਗਦੇ ਨੇ ਤਾਂ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਹੀ ਬੁਲਾਰਿਆਂ ਦੀ ਕਿ ਅਸੀਂ ਉਹਨਾਂ ਦਾ ਜਵਾਬ ਦੇਈਏ ਆਮ ਆਦਮੀ ਪਾਰਟੀ ਤੇ ਬੁਲਾਰੇ ਵੀ ਕਈ ਵਾਰ ਜਵਾਬ ਦਿੰਦੇ ਆ ਹਰ ਵਾਰੀ ਦਿੰਦੇ ਵੈਸੇ ਇੱਥੇ ਅਰਸ਼ਦੀਪ ਕਲੇਅਰ ਹੁਣਾਂ ਨੇ ਵੀ ਗੱਲਬ ਕੀ ਗੱਲਬਾਤ ਹੈ ਉਹ ਦਿੱਖਿਆ ਕੱਲ ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਤੇ ਸੁਪੀਰ ਸਿੰਘ ਬਾਦਲਹੁਰਾ ਨੇ ਉਹਨਾਂ ਦੀ ਸਰਕਾਰ ਦੇ ਦੌਰਾਨ ਬੇਅਦਬੀਆਂ ਦੀ ਮਾਫੀ ਮੰਗੀ ਹੈ ਇਸ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਆਪੋਜੀਸ਼ਨ ਜਿਹੜੀ ਆ ਸਵਾਲ ਖੜੇ ਕਰ ਰਹੀ ਹੈ ਵੱਖ-ਵੱਖ ਸਵਾਲ ਜਿਹੜੇ ਆ ਸੁਪੀਰ ਸਿੰਘ ਬਾਦਲਹੁਰਾ ਦੇ ਉੱਤੇ ਖੜੇ ਕੀਤੇ ਨੇ ਸਾਡੇ ਨਾਲ ਸਪੋਕਸਪਰਸਨ ਸ਼੍ਰੋਮਣੀ ਅਕਾਲੀ ਦਲ ਅਰਸ਼ਦੀਪ ਪਲੇਰ ਜੀ ਨੇ ਪਲੇਰ ਸਾਹਿਬ ਸਤਿਕਾਰ ਪਲੇ ਸਾਬ ਮਾਫੀ ਮੰਗੀ ਗਈ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਪਰ ਵੱਖ-ਵੱਖ ਇਲਜ਼ਾਮ ਜਿਹੜੇ ਆ ਸੀਐਮ ਸਾਹਿਬ ਵੀ ਲਾ ਰਹੇ ਆ ਪ੍ਰਤਾਪ ਸਿੰਘ ਬਾਜਵਾ ਵੀ ਲਾ ਰਹੇ ਆ ਕਹ ਰਹੇ ਨਹੀਂ ਗੁਨਾਹਾਂ ਦੀ ਕੋਈ ਮਾਫੀ ਨਹੀਂ ਹੁੰਦੀ ਦੇਖੋ ਕੱਲ ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਸੀ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕੌਮ ਨੂੰ ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤੇ ਵਰਕਰਜ਼ ਨੂੰ ਸੰਬੋਧਿਤ ਹੋ ਰਹੇ ਸੀ ਉਹ ਸੰਬੋਧਨ ਦੇ ਦੌਰਾਨ ਉਹਨਾਂ ਨੇ ਆਪਣੀਆਂ ਭਾਵਨਾਵਾਂ ਵਯਕਤ ਕੀਤੀਆਂ ਉਹਨਾਂ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਆਪਣੀ ਉਮਰ ਦੇ ਅੰਤ ਸਮੇਂ ਤੱਕ ਵੀ ਇਸ ਗੱਲ ਦਾ ਮਲਾਲ ਰਿਆ ਕਿ ਜਿਹੜੀਆਂ ਬੇਅਦਬੀਆਂ ਨੇ ਉਹ ਅਕਾਲੀ ਸਰਕਾਰ ਦੇ ਦੌਰਾਨ ਹੋਈਆਂ ਕਿਉਂਕਿ ਪੰਥਕ ਸਰਕਾਰ ਸੀ ਉਹਦੇ 'ਚ ਬੇਅਦਬੀਆਂ ਹੋਈਆਂ ਸਰਕਾਰ ਦਾ ਫੇਲੀਅਰ ਸੀ ਇੰਟੈਲੀਜੈਂਸ ਏਜੰਸੀਆਂ ਦਾ ਫੇਲੀਅਰ ਸੀ ਔਰ ਇਹੀ ਚੀਜ਼ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਹਮੇਸ਼ਾ ਮਲਾਲ ਆ ਤੁਸੀਂ ਦੇਖਿਆ ਹੋਣਾ ਕਿ ਹਮੇਸ਼ਾ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਫਸੋਸ ਹੈ ਕਿ ਸਾਡੀ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ ਅਸੀਂ ਦੋਸ਼ੀਆਂ ਨੂੰ ਨਹੀਂ ਫੜ ਸਕੇ ਔਰ ਹਾਲਾਂਕਿ ਸਮਾਂ ਵੀ ਨਹੀਂ ਦਿੱਤਾ ਗਿਆ ਕਿਉਂਕਿ ਸੰਤ ਸਮਾਜ ਹੋਵੇ ਵਿਰੋਧੀ ਤਰ੍ਹਾਂ ਹੋਣ ਇਹਨਾਂ ਨੇ ਕਿਹਾ ਜੀ ਪੰਜਾਬ ਜਾਮ ਕਰਤਾ ਕਿ ਜੀ ਸਾਨੂੰ ਤਾਂ ਅਕਾਲੀ ਦਲ ਦੀ ਸਰਕਾਰ ਤੇ ਭਰੋਸਾ ਹੀ ਹੈ ਨਹੀਂ ਇਹ ਸੀਬੀਆਈ ਨੂੰ ਜਾਂਚ ਦੇ ਦਿਓ ਬਾਅਦ ਦੇ ਵਿੱਚ ਇੱਕਦਮ ਜਦੋਂ ਆਪਣੀ ਸਰਕਾਰ ਆਈ ਕੈਪਟਨ ਸਾਹਿਬ ਦੀ ਫਿਰ ਭਰੋਸਾ ਹੋ ਗਿਆ ਫਿਰ ਲੈ ਆਏ ਬਹੁਤ ਕੁਝ ਚੱਲਿਆ ਉਹਦੇ ਲਈ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਸੰਮੁਖ ਹੋ ਕੇ ਅਕਾਲ ਤਖਤ ਸਾਹਿਬ ਦੀ ਹਦੂਦ ਦੇ ਵਿੱਚ ਸਿਰ ਝੁਕਾ ਕੇ ਹੱਥ ਜੋੜ ਕੇ ਮਾਫੀ ਮੰਗੀ ਹੈ ਔਰ ਇੱਕ ਵਾਅਦਾ ਵੀ ਕੀਤਾ ਕਿ ਸ਼ਰੋਮਨੀ ਅਕਾਲੀ ਦਲ ਅਗਰ ਪੰਥ ਚਾਹੂਗਾ ਪੰਥਕ ਸਰਕਾਰ ਕਦੇ ਆਉਗੀ ਤਾਂ ਇਹ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਵਾਈ ਜਾਊਗੀ ਕਿਉਂਕਿ 7 ਸਾਲ ਜਿਨ੍ਹਾਂ ਦੀ ਤੁਸੀਂ ਅੱਜ ਗੱਲ ਕੀਤੀ ਉਹਦੇ ਚਾਹੇ ਕਾਂਗਰਸ ਹੋਵੇ ਕੈਪਟਨ ਸਾਹਿਬ ਨੇ ਗੁਟਕਾ ਸਾਹਬ ਹੱਥ ਵਿੱਚ ਫੜ ਕੇ ਵਾਅਦਾ ਕੀਤਾ ਸੀ ਕੀ ਹੋਇਆ ਲਗਾਤਾਰ ਬੇਅਦਬੀਆਂ ਜਾਰੀ ਨੇ ਅਕਾਲੀ ਸਰਕਾਰ ਦੇ ਵਿੱਚ ਬੇਅਦਬੀ ਹੋਈ ਸਾਨੂੰ ਦੁੱਖ ਹੈ ਸਦਾ ਸੁਖੀਰ ਸਿੰਘ ਬਾਦਲ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਅੱਗੇ ਸਿਰ ਝੁਕਾ ਕੇ ਮਾਫੀ ਮੰਗੀ ਪਰ ਕੀ ਪੰਜਾਬ ਦੇ ਵਿੱਚ ਬੇਅਦਬੀਆਂ ਬੰਦ ਹੋ ਗਈਆਂ ਕਾਂਗਰਸ ਦੇ ਰਾਜ ਦੇ ਵਿੱਚ 150 ਬੇਅਦਬੀ ਔਰ ਉਹਦੇ ਚ ਸਭ ਤੋਂ ਵੱਡੀ ਬੇਅਦਬੀ ਜਿਹਨੂੰ ਮੈਂ ਕਹਿੰਦਾ ਬੇਅਦਬੀ ਸਾਰੀਆਂ ਵੱਡੀਆਂ ਨੇ ਪਰ ਹਰਮੰਦਰ ਸਾਹਿਬ ਦੇ ਵਿੱਚ ਬੇਅਦਬੀ ਹੋ ਜਾਣੀ ਕੋਸ਼ਿਸ਼ ਕਰਦੇ ਨੇ ਉਹ ਤੋਂ ਵੱਡਾ ਕੁਝ ਨਹੀਂ ਔਰ ਸਰਕਾਰ ਨੇ ਵਾਅਦਾ ਕੀਤਾ ਸੀ ਚੰਨੀ ਸਾਹਿਬ ਤੇ ਸੁਖੀ ਰੰਧਾਵਾ ਨੇ ਅੰਦਰ ਖੜੇ ਹੋ ਕੇ ਕਿ ਜੀ ਹਫ਼ਤੇ ਚ ਸਜ਼ਾ ਦੇ ਦੇਾਂਗੇ ਕੁਝ ਨਹੀਂ ਕੀਤਾ ਫਿਰ ਆਈ ਭਗਵੰਤ ਮਾਨ ਸਾਹਿਬ ਦੀ ਸਰਕਾਰ 2 ਸਾਲ ਦੀ ਸਰਕਾਰ ਦੇ ਵਿੱਚ ਭਗਵੰਤ ਮਾਨ ਸਾਹਿਬ ਦੇ ਰਾਜ ਚ ਕਿੰਨੀਆਂ ਬੇਅਦਬੀਆਂ ਹੋਈਆਂ ਜੀ ਪੁਰਾਣਾ ਇਨਸਾਫ ਤਾਂ ਦਿੱਤਾ ਹੀ ਨਹੀਂ ਫੜਿਆ ਹੀ ਨਹੀਂ ਕੋਈ ਉਹ ਤਾਂ ਇੱਕੋ ਐਸਆਈਟੀ ਹੈ ਜਿਹੜੀ ਖਟੜਾ ਸਾਹਿਬ ਦੀ ਜਿਨੇ ਜਿਹੜੀ ਜਾਂਚ ਸੀਬੀਆਈ ਨੂੰ ਨਹੀਂ ਦਿੱਤੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਦੀ ਪੰਜਾਬ ਚ ਜਾਂਚ ਕਰਾਈ ਸਿਰਫ ਉਹਦੇ ਚ ਇਨਸਾਫ ਹੋਇਆ ਉਹ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਨਹੀਂ ਕਿਸੇ ਵੀ ਐਸਆਈਟੀ ਦੇ ਵਿੱਚ ਕਿਸੇ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਪਰ ਭਗਵੰਤ ਮਾਨ ਸਾਹਿਬ ਦੇ ਰਾਜ ਚ ਮੁਰਿੰਡੇ ਬੇਅਦਬੀ ਆਨੰਦਪੁਰ ਸਾਹਿਬ ਬੇਅਦਬੀ ਸਨੌਰ ਬੇਅਦਬੀ ਔਰ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਦੇ ਅੰਦਰ ਪੁਲਿਸ ਵਾਰਡ ਦੇਣੀ ਗੋਲੀਆਂ ਚਲਾਉਣੀਆਂ ਇਹ ਤੋਂ ਵੱਡੀ ਬੇਅਦਬੀ ਮਾਵਿੰਦਰ ਕੰਕ ਕਹ ਰਿਹਾ ਉਹ ਤਾਂ ਕਿ ਲਾਈਨਡ ਆਰਡਰ ਦੀ ਸਥਿਤੀ ਅਸੀਂ ਬਹਾਲ ਰੱਖਣੀ ਹੈ ਸਟੇਟ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਕਹਿੰਦੇ ਉੱਥੇ ਪੁਲਿਸ ਗਈ ਹੈ ਕਹਿੰਦੇ ਕੋਈ ਇਹੋ ਜੀ ਗੱਲ ਨਹੀਂ ਹਾਂ ਜਦੋਂ ਐਨਐਸਏ ਲਾ ਕੇ ਸਾਡੇ ਬੇਦੋਸ਼ੇ ਸਿੱਖ ਨੌਜਵਾਨ ਉਹ ਵੀ ਲਾਅ ਐਂਡ ਆਰਡਰ ਦਾ ਮਸਲਾ ਹੋਊਗਾ ਕੇਂਦਰ ਸਰਕਾਰ ਨੇ ਕਹਿਤਾ ਹੁਣ ਆ ਵੀ ਭਾਈ ਸਿੱਖ ਤਾਂ ਲਾਅ ਐਂਡ ਆਰਡਰ ਲਈ ਹਮੇਸ਼ਾ ਹੀ ਖਤਰਾ ਨੇ ਇਹੀ ਕਹਿਣਾ ਚਾਹੁੰਦਾ ਮਾਨਵਿੰਦਰ ਕੰਗ ਉਹ ਜਦੋਂ ਡਿਬਰੂਗੜ ਜੇਲ੍ਹ ਚ ਸੱਟੇ ਉਹ ਵੀ ਲਾਅ ਐਂਡ ਆਰਡਰ ਗੁਰਦੁਆਰਾ ਸਾਹਿਬ ਦੇ ਅੰਦਰ ਅਖੰਡ ਪਾਠ ਸਭ ਚੱਲ ਰਿਹਾ ਸੀ ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਸੀ ਮਹਾਰਾਜ ਦਾ ਪ੍ਰਕਾਸ਼ ਸੀ ਉੱਥੇ ਜਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਦੀ ਇੱਕ ਇਨੈਫੀਸ਼ੀਐਂਸੀ ਰਹਿ ਗਈ ਕਿ ਪਤਾ ਨਹੀਂ ਲੱਗਿਆ ਏਜੰਸੀਆਂ ਤੋਂ ਕਿ ਬੇਅਦਬੀਆਂ ਹੋਣ ਵਾਲੀਆਂ ਨੇ ਜਾਂ 20 ਦਿਨ ਦੇ ਸਮੇਂ ਦੇ ਵਿੱਚ ਦੋਸ਼ੀ ਨਹੀਂ ਫੜ ਸਕੇ ਕੋਸ਼ਿਸ਼ ਬਹੁਤ ਕੀਤੀ ਨਹੀਂ ਫੜ ਸਕੇ ਚਲੋ ਇੱਕ ਜਾਂਚ ਮਲਕੇ ਵਾਲੀ ਕੋਲੇ ਰੱਖੀ ਉਹ ਚ ਦੋਸ਼ੀ ਫੜ ਵੀ ਦਿੱਤੇ ਪਰ ਇਹ ਜਾਣ ਪੁੱਝ ਕੇ ਜਿਹੜੀਆਂ ਸਾਜ਼ਿਸ਼ਾਂ ਕਦੇ ਤੁਸੀਂ ਕੌਣ ਜੀ ਸਾਡੇ ਨੌਜਵਾਨੇ ਵੱਖਵਾਦੀ ਨੇ ਜੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਦਾ ਝੰਡਾ ਤੁਸੀਂ ਉਹਨੂੰ ਖਾਲਸਾਤਨ ਦਾ ਝੰਡਾ ਬਣਾ ਕੇ ਪੇਸ਼ ਕਰਤਾ ਤੁਹਾਡੀ ਪੁਲਿਸ ਨੇ ਤੁਹਾਡੀ ਪੁਲਿਸ ਗੁਰਦੁਆਰਿਆਂ ਤੇ ਕਾਬਜ਼ ਹੋਣਾ ਚਾਹੁੰਦੀ ਹੈ ਇਹ ਗੁਨਾਹ ਨੇ ਸੋ ਮੈਂ ਇਹਨਾਂ ਨੂੰ ਕਹੂੰਗਾ ਸੰਸਥਾਵਾਂ ਦੇ ਉੱਤੇ ਹਮਲਾ ਇਹ ਗੁਨਾਹ ਹੈ ਅਕਾਲ ਤਖਤ ਸਾਹਿਬ ਨੂੰ ਇਹ ਕਹਿਣਾ ਕਿ ਪੰਜਾਬ ਸਰਕਾਰ ਦੀ ਜੂਰਿਸਡਿਕਸ਼ਨ ਹੈ ਇਹ ਗੁਨਾਹ ਹੈ ਜੀ ਐਸ ਜੀ ਆਮ ਸਿੱਧਾ ਬਿਆਨ ਹੈ ਕਿ ਅ ਕਾਲੀ ਦਲ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਕਾਲੀ ਦਲ ਦੇ ਪ੍ਰਧਾਨ ਨੇ ਮਾਫੀ ਮੰਗ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਨਮੁਖ ਹੋ ਕੇ ਪਰ ਕਹਿੰਦੇ ਜਥੇਦਾਰ ਸਾਹਿਬ ਨੂੰ ਤਾਂ ਬਾਈਪਾਸ ਹੋ ਕੇ ਕਹਿੰਦੇ ਮਾਫੀ ਮੰਗਗੇ ਕਹਿੰਦੇ ਜਥੇਦਾਰ ਸਾਹਿਬ ਨੇ ਡਿਸਾਈਡ ਕਰਨਾ ਹੁੰਦਾ ਕਿਹਨੂੰ ਮਾਫ ਕਰਨਾ ਕਿਹਨੂੰ ਨਹੀਂ ਮਾਫ ਕਰਨਾ ਦੇਖੋ ਮੈਂ ਫੇਰ ਦੁਬਾਰਾ ਕਹਿਣਾ ਮੈਂ ਕਿਸੇ ਗੱਲ 'ਚ ਨਹੀਂ ਪੈਣਾ ਚਾਹੁੰਦਾ ਕਿ ਕੌਣ ਕੀ ਕਹਿੰਦਾ ਬਤੌਰ ਇੱਕ ਨਿਮਾਣੇ ਸਿੱਖ ਦੇ ਅਕਾਲ ਤਖਤ ਸਾਹਿਬ ਦੀ ਹਦੂਦ ਦੇ ਵਿੱਚ ਖੜੀ ਹੋ ਕੇ ਕਈ ਗੱਲ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਗੱਲ ਹੈ ਇੱਕ ਸਿੱਖ ਲਈ ਅਕਾਲ ਤਖਤ ਸਾਹਿਬ ਤੋਂ ਉੱਤੇ ਨਹੀਂ ਕੋਈ ਵੀ ਮੈਂ ਉਹਨੂੰ ਕਾਲਕਾ ਸਾਹਿਬ ਜਾਂ ਜਿਹੜੇ ਹੋਰ ਬੋਲਦੇ ਮੈਂ ਜਵਾਬ ਦੇ ਸਕਦਾ ਪਰ ਉਹਨਾਂ ਨੂੰ ਕਹੋ ਕਿ ਆ ਕੇ ਅਕਾਲ ਤਖਤ ਸਾਹਿਬ ਦੀ ਹਦੂਦ ਦੇ ਅੰਦਰ ਖੜੇ ਹੋ ਕੇ ਗੱਲਾਂ ਕਹਿ ਦੇਣ ਕਿ ਸਰਦਾ ਸੁਬੀਰ ਸਿੰਘ ਬਦਲ ਗਲਤ ਨਹੀਂ ਕਹਿ ਪਾਉਣਗੇ ਆਪਣੇ ਸਮੀਰ ਨੂੰ ਪੁੱਛਣ ਅਰਸ਼ਦੀਪ ਕਲੀਅਰ ਹੋ ਰੰ ਤੁਸੀਂ ਸੁਣਿਆ ਗੱਲਬਾਤ ਕੀਤੀ ਉਹਨਾਂ ਨੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮਸਲੇ ਨੇ ਪਰ ਫਿਰ ਵੀ ਇਹ ਮਸਲੇ ਆਪਣੇ ਵੱਲ ਧਿਆਨ ਤਾਂ ਮੰਗਦੇ ਨੇ ਸੋ ਪ੍ਰਾਈਮੇਸ਼ਾ ਟੀਵੀ ਦੇ ਪੇਜ ਤੇ ਸਾਰੀ ਇੰਟਰਵਿਊ ਹੈ ਇੱਕ ਬਹੁਤ ਸਾਰਾ ਹਿੱਸਾ ਇਹਦਾ ਬਚਿਆ ਤੁਸੀਂ ਦੇਖ ਸਕਦੇ ਹੋ ਤੇ ਵੀ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਇੱਥੇ ਵੇਲਾ ਆ ਗਿਆ ਮੈਨੂੰ ਨਵਜੀਤ ਜੀ ਉਹ ਦਿਓ ਇਜਾਜ਼ਤ ਦੇਖ ਤੁਰੋਂ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ